ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਉਡਾਨ ਇੰਸਟੀਚਿਊਟ ਬਹਿੰਡਾ ਦੇ ਵਿੱਚ। ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਸਾਈਕੋਲੋਜੀ ਦੀ ਇੱਕ ਬਹੁਤ ਹੀ ਇੰਪੋਰਟੈਂਟ ਥੀਰੀ, ਥੀਰੀ ਆਫ ਮੋਰਲ ਡਿਵੈਲਪਮੈਂਟ ਬਾਈ ਲਾਰੈਂਸ ਕੋਰਬਕ। ਤੁਸੀਂ ਜਾਣਦੇ ਹੋ ਕਿ ਸਾਈਕੋਲੋਜੀ ਇੱਕ ਟੀਚਰ ਲਈ ਬਹੁਤ ਹੀ ਇੰਪੋਰਟੈਂਟ ਕਨਸੈਪਟ ਆ, ਅਤੇ ਤੁਸੀਂ ਟੀਚਰ ਬਣ ਜਾ ਰਹੇ ਹੋ ਤਾਂ ਟੀਚਰ ਬਣਨ ਤੋਂ ਪਹਿਲਾਂ ਤੁਹਾਨੂੰ ਇੱਕ ਐਲੀਜੀਬਿਲਟੀ ਟੈਸਟ ਦੇਣਾ ਪੈਣਾ, ਜਿਸ ਨੂੰ ਤੁਸੀਂ ਟੈਟ ਬੋਲਦੇ ਹੋ। ਚਾਹੇ ਉਹ ਸੀ ਟੈਟ ਦੀ ਗੱਲ ਕਰ ਲਓ, ਪੀ ਐੱਸ ਟੈਟ ਦੀ ਗੱਲ ਕਰ ਲਓ, ਹਰਿਆਣਾ ਟੈਟ ਦੀ ਗੱਲ ਕਰ ਲਓ, ਜਾਂ ਕਿਸੇ ਵੀ ਟੈਟ ਦੀ ਗੱਲ ਕਰ ਲਓ, ਸਾਈਕੋਲੋਜੀ ਉਹਨਾਂ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਕਨਸੈਪਟ ਹੈ। ਠੀਕ ਹੈ ਜੀ, ਅਤੇ ਉਸੇ ਸਾਈਕੋਲੋਜੀ ਦੇ ਵਿੱਚੋਂ ਅੱਜ ਅਸੀਂ ਇੱਕ ਬਹੁਤ ਇੰਪੋਰਟੈਂਟ ਥੀਰੀ ਕਰਨ ਜਾ ਰਹੇ ਹਾਂ, ਉਹ ਹੈ ਜੀ ਥੀਰੀ ਆਫ ਮੋਰਲ ਡਿਵੈਲਪਮੈਂਟ। ਇਸ ਥੀਰੀ ਨੂੰ ਅਸੀਂ ਬੜੇ ਹੀ ਆਸਾਨ ਅਤੇ ਸੌਖੇ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਾਂਗੇ। ਇਹ ਥੀਰੀ ਹੈ ਜੋ ਲਾਰੈਂਸ ਕੋਲਬਰਗ ਨੇ ਥੀਰੀ ਦਿੱਤੀ ਹੈ ਜੀ। ਹੁਣ ਤੁਸੀਂ ਇਸ ਥੀਰੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਤੁਸੀਂ ਆਪਦਾ ਡਿਵੈਲਪਮੈਂਟ ਵਾਲਾ ਕਨਸੈਪਟ ਯਾਦ ਕਰੋ। ਜਦੋਂ ਤੁਸੀਂ ਗਰੋਥ ਐਂਡ ਡਿਵੈਲਪਮੈਂਟ ਵਾਲੇ ਚੈਪਟਰ ਦੇ ਵਿੱਚ ਪੜ੍ਹਿਆ ਸੀ ਕਿ ਟਾਈਪਸ ਆਫ ਡਿਵੈਲਪਮੈਂਟ, ਉਹ ਜਦੋਂ ਤੁਸੀਂ ਟਾਈਪਸ ਆਫ ਡਿਵੈਲਪਮੈਂਟ ਦੇ ਵਿੱਚ ਯਾਦ ਕਰਦੇ ਹੋ ਤਾਂ ਤੁਸੀਂ ਮੋਰਲ ਡਿਵੈਲਪਮੈਂਟ ਉੱਥੇ ਲਿਖਿਆ ਹੋਊ ਕਿ ਇਨਸਾਨ ਦੇ ਵਿਕਾਸ ਦੇ ਕਈ ਤਰ੍ਹਾਂ ਕਈ ਟਾਈਪਸ ਹੁੰਦੀਆਂ ਨੇ, ਜਿਹਦੇ ਵਿੱਚ ਫਿਜ਼ੀਕਲ ਡਿਵੈਲਪਮੈਂਟ ਹੁੰਦੀ ਆ, ਮੈਂਟਲ ਡਿਵੈਲਪਮੈਂਟ ਹੁੰਦੀ ਆ, ਮੋਰਲ ਡਿਵੈਲਪਮੈਂਟ ਹੁੰਦੀ ਆ, ਲੈਂਗੁਏਜ ਡਿਵੈਲਪਮੈਂਟ ਹੁੰਦੀ ਆ, ਸੈਕਸੁਅਲ ਡਿਵੈਲਪਮੈਂਟ ਹੁੰਦੀ ਆ, ਵਗੈਰਾ ਵਗੈਰਾ ਬੜੇ ਤਰ੍ਹਾਂ ਦੀ ਡਿਵੈਲਪਮੈਂਟ ਹੁੰਦੀ ਆ। ਤਾਂ ਉਸ ਦੇ ਵਿੱਚੋਂ ਜੋ ਅਸੀਂ ਗੱਲ ਕਰਨੀ ਹੈਗੀ ਮੋਰਲ ਡਿਵੈਲਪਮੈਂਟ ਦੀ, ਤਾਂ ਇਸ ਥੀਰੀ ਦੇ ਵਿੱਚ ਅਸੀਂ ਮੋਰਲ ਡਿਵੈਲਪਮੈਂਟ ਦੀ ਗੱਲ ਕਰਾਂਗੇ। ਮੋਰਲ ਡਿਵੈਲਪਮੈਂਟ ਦਾ ਮਤਲਬ ਕੀ ਆ ਜੀ, ਸਿੱਧੇ ਰੂਪ 'ਚ ਦੇਖੀਏ ਅਸੀਂ ਨੈਤਿਕ ਵਿਕਾਸ ਕਹਿੰਦੇ ਹਾਂ ਜੀ ਅਸੀਂ ਇਹਨੂੰ ਪੰਜਾਬੀ 'ਚ, ਕਿ ਇੱਥੇ ਲਾਰੈਂਸ ਕੋਲਬਰਗ ਸਾਨੂੰ ਕੀ ਦੱਸੂਗਾ ਕਿ ਇਨਸਾਨ ਦਾ ਮੋਰਲ ਮੋਰੈਲਿਟੀ ਦੇ ਬੇਸ 'ਤੇ ਕਿਵੇਂ ਵਿਕਾਸ ਹੁੰਦਾ ਗਾ। ਅੱਜ ਤੁਸੀਂ ਵੱਡੇ ਹੋ, ਸਮਝਦਾਰ ਹੋ, ਤੁਸੀਂ ਮਾਪਿਆਂ ਦਾ ਸਤਿਕਾਰ ਕਰਦੇ ਹੋ, ਵੱਡਿਆਂ ਨਾਲ ਜਿਹੜਾ ਹੈਗਾ ਤੁਸੀਂ ਉਹਨਾਂ ਦਾ ਸਤਿਕਾਰ ਕਰਦੇ ਹੋ, ਛੋਟਿਆਂ ਨਾਲ ਤੁਸੀਂ ਪਿਆਰ ਕਰਦੇ ਹੋ, ਤੁਸੀਂ ਕਿਤੇ ਵੀ ਘਰੇ ਤੁਹਾਡੇ ਕੋਈ ਗੈਸਟ ਆਉਂਦੇ ਆ ਤੁਹਾਡਾ ਬਿਹੇਵੀਅਰ ਹੋਰ ਹੁੰਦਾ ਗਾ, ਜਦੋਂ ਤੁਸੀਂ ਇਕੱਲੇ ਘਰੇ ਹੋ ਤੁਹਾਡਾ ਬਿਹੇਵੀਅਰ ਹੋਰ ਹੁੰਦਾ ਗਾ, ਤੁਸੀਂ ਕਿਸੇ ਗਮੀ ਸ਼ਾਦੀ 'ਚ ਜਾਂਦੇ ਹੋ ਤੁਸੀਂ ਆਪਦਾ ਬਿਹੇਵੀਅਰ ਚੇਂਜ ਕਰਦੇ ਹੋ, ਇਹਨੂੰ ਮੋਰੈਲਿਟੀ ਬੋਲਦੇ ਹਾਂ ਅਸੀਂ। ਜਦੋਂ ਅਸੀਂ ਸਮਾਜ ਦੇ ਦਿੱਤੇ ਹੋਏ ਨਿਯਮਾਂ ਰੀਤੀ ਰਿਵਾਜ਼ਾਂ ਦੇ ਅਕੋਰਡਿੰਗ ਆਪਦੇ ਬਿਹੇਵੀਅਰ ਨੂੰ ਕੰਟਰੋਲ ਕਰ ਲੈਂਦੇ ਹਾਂ, ਮੋਰੈਲਿਟੀ ਕਿਹਾ ਜਾਂਦਾ ਜੀ। ਠੀਕ ਹੈ ਜੀ, ਇਹ ਮੋਰੈਲਿਟੀ ਅਸਲ 'ਚ ਤੁਹਾਡੇ 'ਚ ਡਿਵੈਲਪ ਹੁੰਦੀ ਕਿਵੇਂ ਆ, ਕਿਸ ਤਰੀਕੇ ਨਾਲ ਸ਼ਿਸ਼ਟਾਚਾਰ ਨਿਯਮ ਸਮਾਜ ਦੇ ਤੁਸੀਂ ਨੈਤਿਕਤਾ ਤੁਹਾਡੇ ਅੰਦਰ ਸਮਾ ਜਾਂਦੀ ਆ, ਇਹੀ ਦੱਸਣ ਲਈ ਇਹ ਥੀਰੀ ਆ। ਸਭ ਤੋਂ ਪਹਿਲਾਂ ਤਾਂ ਇਸ ਥੀਰੀ ਨੂੰ ਸਮਝਣ ਲਈ ਲਾਰੈਂਸ ਕੋਲਬਰਗ ਨੇ ਐਕਸਪੈਰੀਮੈਂਟ ਦੇ ਤੌਰ 'ਤੇ ਲੋਕਾਂ ਨੂੰ ਡਾਇਲਮਾਸ ਦਿੱਤੇ। ਡਾਇਲਮਾਸ ਦਾ ਮਤਲਬ ਕੀ ਆ ਜੀ, ਇੱਕ ਟਰਮ ਦਿੱਤੀ ਇਹਨੇ ਡਾਇਲਮਾ। ਠੀਕ ਹੈ ਜੀ, ਡਾਇਲਮਾ ਦਾ ਮਤਲਬ ਕੀ ਆ ਕਿ ਫੋਰ ਐਗਜ਼ਾਮਪਲ ਤੁਸੀਂ ਕਿਸੇ ਰਸਤੇ 'ਤੇ ਜਾ ਰਹੇ ਹੋ, ਅੱਗੇ ਜਾ ਕੇ ਤੁਹਾਡੇ ਸਾਹਮਣੇ ਤਿੰਨ ਰਸਤੇ ਬਣ ਜਾਂਦੇ ਨੇ, ਇਹਨੂੰ ਡਾਇਲਮਾ ਕਿਹਾ। ਵਿਚਿੱਤੀ, ਜਦੋਂ ਤੁਸੀਂ ਇੱਕੋ ਸਿਚੁਏਸ਼ਨ ਦੇ ਵਿੱਚ ਦੋ ਜਾਂ ਤਿੰਨ ਹਾਲਤਾਂ ਦੇ ਵਿੱਚ ਫਸ ਜਾਂਦੇ ਹੋ। ਆਮ ਆਪਾਂ ਮਜ਼ਾਕ 'ਚ ਦੇਖਦੇ ਹਾਂ ਕਿ ਸਾਨੂੰ ਕਈ ਵਾਰੀ ਵਟਸਐਪ ਐਰਾ ਵਗੈਰਾ 'ਤੇ ਇਸ ਤਰ੍ਹਾਂ ਦੇ ਡਾਇਲਮਾਸ ਆਉਂਦੇ ਨੇ ਕਿ ਫੋਰ ਐਗਜ਼ਾਮਪਲ ਇੱਕ ਤੁਸੀਂ ਕਿਸ਼ਤੀ 'ਤੇ ਸਵਾਰ ਹੋ ਅਤੇ ਉਸ 'ਤੇ ਤੁਹਾਡੇ ਨਾਲ ਤੁਹਾਡੇ ਦੋ ਦੋਸਤ ਨੇ, ਦੋਨੋਂ ਡੁੱਬਣ ਲੱਗ ਜਾਂਦੇ ਨੇ, ਹੈ ਨਾ, ਉਹਨਾਂ ਨੂੰ ਸਵੀਮਿੰਗ ਨਹੀਂ ਆਉਂਦੀ, ਕਿਹਨੂੰ ਬਚਾਓਗੇ? ਹੁਣ ਤੁਹਾਡੇ ਵਾਸਤੇ ਡਾਇਲਮਾ ਕ੍ਰੀਏਟ ਕਰਤਾ, ਮੋਰੈਲਿਟੀ ਕੀ ਕਹਿੰਦੀ ਆ ਤੁਹਾਡੀ। ਜਾਂ ਫਿਰ ਇੱਦੂ ਹੋਰ ਉਲਝਣ ਵੱਧ ਜਾਂਦੀ ਆ ਕਿ ਇੱਕ ਉਸੇ ਬੋਰਡ 'ਤੇ ਇੱਕ ਪਾਸੇ ਲਾਈਕ 1 ਕਰੋੜ ਰੁਪਇਆ ਪਿਆ, ਇੱਕ ਸਾਈਡ ਤੁਹਾਡਾ ਦੋਸਤ ਡੁੱਬ ਰਿਹਾ, ਤੁਸੀਂ ਕਰੋੜ ਰੁਪਏ ਨੂੰ ਬਚਾਓਗੇ ਜਾਂ ਦੋਸਤ ਨੂੰ ਬਚਾਓਗੇ? ਹੁਣ ਤੁਹਾਡੀ ਮੋਰੈਲਿਟੀ ਹੈ ਇਹ, ਤੁਹਾਡੀ ਨੈਤਿਕਤਾ ਕਿ ਤੁਸੀਂ ਕਿਹਨੂੰ ਹੋ, ਤੁਹਾਡੇ ਲਈ ਤੁਹਾਡਾ ਦੋਸਤ ਜ਼ਿਆਦਾ ਅਹਿਮ ਆ ਜਾਂ ਫੈਮਿਲੀ, ਮੋਰੈਲਿਟੀ ਹੈ ਇਹ। ਫੈਮਿਲੀ ਦੇ ਵਿੱਚੋਂ ਤੁਹਾਡੇ ਲਈ ਤੁਹਾਡਾ ਬ੍ਰਦਰ ਜ਼ਿਆਦਾ ਅਹਿਮ ਆ ਕਿ ਸਿਸਟਰ ਜਾਂ ਵਗੈਰਾ ਵਗੈਰਾ, ਇਸ ਤਰ੍ਹਾਂ ਦੇ ਬੜੇ ਸਾਰੇ ਡਾਇਲਮਾਸ ਆਪਾਂ ਦੇਖਦੇ ਹਾਂ। ਡਾਇਲਮਾ ਮਤਲਬ ਕਿ ਜਦੋਂ ਤੁਸੀਂ ਕਿਸੇ ਰਸਤੇ 'ਤੇ ਚੱਲ ਰਹੇ ਹੋ ਅਤੇ ਇੱਕ ਪੁਜੀਸ਼ਨ 'ਤੇ ਆ ਕੇ ਤੁਹਾਡੇ ਸਾਹਮਣੇ ਦੋ ਤੋਂ ਤਿੰਨ ਪੁਜੀਸ਼ਨਸ ਨੇ, ਉਹਨਾਂ ਪੁਜੀਸ਼ਨਸ ਦੇ ਵਿੱਚੋਂ, ਉਹਨਾਂ ਰਸਤਿਆਂ ਦੇ ਵਿੱਚੋਂ ਤੁਸੀਂ ਕਿਹਨੂੰ ਚੁਣਦੇ ਹੋ ਆਪਦੀ ਨੈਤਿਕਤਾ ਦੇ ਬੇਸ 'ਤੇ, ਇਸੇ ਨੂੰ ਅਸੀਂ ਡਾਇਲਮਾ ਕਹਿੰਦੇ ਹਾਂ। ਠੀਕ ਹੈ ਜੀ, ਲਾਰੈਂਸ ਕੋਲਬਰਗ ਨੇ ਇੱਕ ਹਿੰਜ ਡਾਇਲਮਾ ਬਣਾਇਆ, ਐਕਸਪੈਰੀਮੈਂਟ ਹੈ ਇਹਦਾ ਇੱਕ। ਵੈਸੇ ਤਾਂ ਇਹਨੇ ਬਹੁਤ ਸਾਰੇ ਡਾਇਲਮਾਸ ਬਣਾਏ, ਲੋਕਾਂ ਨੂੰ ਚਿੱਠੀਆਂ ਪਾ ਕੇ ਘਰਾਂ 'ਚ ਭੇਜੀਆਂ ਅਤੇ ਲੋਕਾਂ ਤੋਂ ਜਵਾਬ ਲਏ, ਹਿੰਜ ਡਾਇਲਮਾ ਬਣਾਇਆ। ਹਿੰਜ ਡਾਇਲਮਾ 'ਚ ਕੀ ਹੈ ਜੀ, ਇੱਕ ਹਿੰਜ ਨਾਮ ਦਾ ਇੱਕ ਇਨਸਾਨ ਆ, ਇੱਕ ਲੜਕਾ, ਠੀਕ ਹੈ ਜੀ। ਇਹਦੇ 'ਚ ਉਹਨੇ ਕੀ ਕਿਹਾ ਕਿ ਜੀ ਹਿੰਜ ਨਾਮ ਦਾ ਇੱਕ ਆਦਮੀ ਸੀ, ਉਹਦੀ ਵਾਈਫ ਬਿਮਾਰ ਸੀ, ਨਾਲ ਵਾਲੇ ਸ਼ਹਿਰ ਤੋਂ ਮੈਡੀਸਨ ਮਿਲਣੀ ਸੀ ਉਹਦੀ ਵਾਈਫ ਦੀ, ਜਦੋਂ ਮੈਡੀਸਨ ਲੈਣ ਜਾਂਦਾ ਉੱਥੋਂ ਤਾਂ ਡਾਕਟਰ ਜਿਹਨੂੰ
ਜਿਹੜਾ ਮੈਡੀਸਨ ਤਿਆਰ ਕਰਨ ਦੀ ਕੋਸਟ 1000 ਰੁਪਏ 'ਚ ਮੈਡੀਸਨ ਪੈਂਦੀ ਆ ਅਤੇ ਡਾਕਟਰ ਉਹਨੂੰ ਕਹਿੰਦਾ ਵੀ ਮੈਂ ਤਾਂ 10,000 ਦੀ ਮੈਡੀਸਨ ਦਿਉਂਗਾ। ਹਿੰਸ ਕੋਲ ਇੰਨੇ ਪੈਸੇ ਨਹੀਂ ਹੈਗੇ, ਉਹ ਕਹਿੰਦਾ ਕਿ ਮੈਨੂੰ ਮੈਡੀਸਨ ਦੇ ਦਿਉ, ਮੈਂ ਬਾਅਦ 'ਚੋਂ ਪੈਸੇ ਦੇ ਦੂੰ ਵਗੈਰਾ ਵਗੈਰਾ, ਪਰ ਡਾਕਟਰ ਮਨਾ ਕਰ ਦਿੰਦਾ। ਹਿੰਸ ਉਸੇ ਕਲੀਨਿਕ ਦੇ ਵਿੱਚ ਰਾਤ ਨੂੰ ਚੋਰੀ ਕਰ ਲੈਂਦਾ ਜੀ, ਠੀਕ ਹੈ ਜੀ, ਚੋਰੀ ਕਰ ਲੈਂਦਾ, ਉਹ ਮੈਡੀਸਨ ਲੈ ਆਉਂਦਾ ਆਪਦੀ ਵਾਈਫ ਨੂੰ ਦੇ ਦਿੰਦਾ ਅਤੇ ਉਹਦੀ ਵਾਈਫ ਦੀ ਜਾਨ ਬਚ ਜਾਂਦੀ ਆ। ਤਾਂ ਕੋਲਬਰਗ ਨੇ ਕੀ ਕੀਤਾ ਕਿ ਇਹ ਡਾਇਲਮਾ ਲੋਕਾਂ ਅੱਗੇ ਰੱਖਿਆ ਅਤੇ ਲੋਕਾਂ ਤੋਂ ਪੁੱਛਿਆ ਕਿ ਤੁਸੀਂ ਦੱਸੋ ਤੁਹਾਡੀ ਨੈਤਿਕਤਾ ਕੀ ਕਹਿੰਦੀ ਹੈ ਕਿ ਹਿੰਸ ਨੇ ਸਹੀ ਕੀਤਾ ਜਾਂ ਗਲਤ ਕੀਤਾ। ਤਾਂ ਬਹੁਤ ਸਾਰੇ ਲੋਕ ਕਹਿੰਦੇ ਵੀ ਸਹੀ ਕੀਤਾ, ਉਹਨੇ ਜਾਨ ਬਚਾਈ ਆ, ਉਹਨੇ ਜਾਨ ਬਚਾਉਣ ਲਈ ਉਹਨੇ ਚੋਰੀ ਵੀ ਕੀਤੀ ਤਾਂ ਕੋਈ ਦਿੱਕਤ ਨਹੀਂ ਹੈ, ਕਰਨੀ ਚਾਹੀਦੀ ਸੀ। ਬਹੁਤ ਸਾਰੇ ਲੋਕ ਕਹਿੰਦੇ ਕਿ ਹਿੰਸ ਨੇ ਰੂਲ ਐਂਡ ਰੈਗੂਲੇਸ਼ਨ ਨੂੰ ਤੋੜਿਆ, ਉਹਨੇ ਜੋ ਨਿਯਮ ਆ ਕਾਨੂੰਨ ਆ, ਕਾਨੂੰਨ ਕਹਿੰਦਾ ਕਿ ਚੋਰੀ ਕਰਨਾ ਗਲਤ ਆ, ਉਹਨੂੰ ਸਜ਼ਾ ਮਿਲਣੀ ਚਾਹੀਦੀ ਆ, ਉਹਨੇ ਚੋਰੀ ਕੀਤੀ ਗਲਤ। ਬਹੁਤ ਸਾਰੇ ਲੋਕ ਕਹਿੰਦੇ ਕਿ ਡਾਕਟਰ ਨੇ ਕਿਹੜਾ ਸਹੀ ਕੀਤਾ, 1000 ਰੁਪਏ ਵਾਲੀ ਮੈਡੀਸਨ ਦਾ 10,000 ਰੁਪਇਆ ਲੈ ਰਿਹਾ ਸੀ। ਤਾਂ ਬੇਸਿਕਲੀ ਇਸ ਤਰ੍ਹਾਂ ਦੇ ਬੜੇ ਸਾਰੇ ਡਾਇਲਮਾਸ ਕ੍ਰੀਏਟ ਕਰਕੇ ਲਾਰੈਂਸ ਕੋਲਬਰਗ ਨੇ ਲੋਕਾਂ ਦੀ ਮਾਨਸਿਕਤਾ ਨੂੰ ਜਾਣਨਾ ਚਾਹਿਆ, ਉਹਨਾਂ ਦੀ ਨੈਤਿਕਤਾ ਨੂੰ ਜਾਣਨਾ ਚਾਹਿਆ ਅਤੇ ਇਹਦੇ ਬੇਸ 'ਤੇ ਹੀ ਉਹ ਇੱਕ ਥੀਰੀ ਦਿੰਦਾ ਕਿ ਇਨਸਾਨ ਦੀ ਮਾਂ ਜਿਹੜੀ ਨੈਤਿਕਤਾ ਉਹ ਕਿਸ ਤਰੀਕੇ ਨਾਲ ਬਣਦੀ ਆ। ਇਹੀ ਸਾਡੀ ਲਾਰੈਂਸ ਕੋਲਬਰਗ ਦੀ ਮੋਰਲ ਡਿਵੈਲਪਮੈਂਟ ਦੀ ਥੀਰੀ ਆ, ਠੀਕ ਹੈ ਜੀ। ਇੱਕ ਤਾਂ ਇਹਦੇ 'ਚ ਇਸ ਥੀਰੀ ਦੇ ਵਿੱਚ ਮੇਨ ਨੇ ਜੋ ਸਟਾਰਟਿੰਗ ਟਰਮਸ ਨੇ ਜਿਹੜੀਆਂ ਡਾਇਲਮਾ। ਡਾਇਲਮਾ ਦਾ ਮਤਲਬ ਹੈ ਜਦੋਂ ਤੁਸੀਂ ਇੱਕ ਪੁਜੀਸ਼ਨ 'ਤੇ ਖੜ੍ਹੇ ਹੋ ਤਾਂ ਇੱਕ ਜਾਂ ਦੋ ਹਾਲਾਤਾਂ ਦੇ ਵਿੱਚ ਤੁਸੀਂ ਕਨਫਿਊਜ਼ ਹੋ ਜਾਂਦੇ ਅਤੇ ਆਪਦੀ ਨੈਤਿਕਤਾ ਦੇ ਬੇਸ 'ਤੇ ਤੁਸੀਂ ਉਸ ਉਹਦਾ ਸੋਲਿਊਸ਼ਨ ਕਰਦੇ ਹੋ ਤਾਂ ਉਹਨੂੰ ਡਾਇਲਮਾ ਕਿਹਾ ਜਾਂਦਾ, ਠੀਕ ਹੈ ਜੀ। ਇੱਥੇ ਇਸ ਜੋ ਤੁਸੀਂ ਇਸ ਪੁਜੀਸ਼ਨ 'ਤੇ ਫੈਸਲਾ ਲੈਂਦੇ ਹੋ, ਤੁਸੀਂ ਕਾਹਦੇ ਬੇਸ 'ਤੇ ਲੈਂਦੇ ਹੋ ਫੈਸਲਾ? ਮੋਰਲ ਰੀਜ਼ਨਿੰਗ, ਮੋਰਲ ਰੀਜ਼ਨਿੰਗ ਦੇ ਬੇਸ 'ਤੇ ਤੁਸੀਂ ਫੈਸਲਾ ਲੈਂਦੇ ਹੋ ਜੀ। ਜੋ ਤੁਸੀਂ ਇੱਥੇ ਖੜ੍ਹ ਕੇ ਜਦੋਂ ਤੁਸੀਂ ਹਿੰਸ ਨੂੰ, ਡਾਕਟਰ ਨੂੰ, ਕਿਸੇ ਨੂੰ ਵੀ ਸਹੀ ਸਾਬਤ ਕਰ ਰਹੇ ਹੋ ਤਾਂ ਜਿਹੜਾ ਤੁਸੀਂ ਦਿਮਾਗ ਲਾ ਕੇ ਸਾਬਤ ਕਰ ਰਹੇ ਹੋ ਉਹਨੂੰ ਮੋਰਲ ਰੀਜ਼ਨਿੰਗ ਕਿਹਾ ਜਾਂਦਾ, ਠੀਕ ਹੈ ਜੀ। ਚਲੋ ਤਾਂ ਇੰਨਾ ਕੁ ਜੋ ਅਸੀਂ ਸਟਾਰਟ ਲੈ ਰਹੇ ਹਾਂ ਇਸ ਥੀਰੀ ਨੂੰ ਲੈ ਕੇ, ਉਹਦੇ 'ਚ ਕੀ ਗੱਲ ਕੀਤੀ ਆ ਕਿ ਲਾਰੈਂਸ ਕੋਲਬਰਗ ਨੇ ਮੋਰਲ ਡਿਵੈਲਪਮੈਂਟ ਦੀ ਗੱਲ ਕੀਤੀ ਆ ਕਿ ਇਨਸਾਨ ਦਾ ਨੈਤਿਕ ਵਿਕਾਸ ਕਿਵੇਂ ਹੁੰਦਾ। ਇਸ ਨੂੰ ਜਾਂਚਣ ਲਈ ਲਾਰੈਂਸ ਕੋਲਬਰਗ ਨੇ ਐਕਸਪੈਰੀਮੈਂਟਸ ਕੀਤੇ। ਐਕਸਪੈਰੀਮੈਂਟਸ ਕਿਵੇਂ ਕੀਤੇ? ਉਹਨੇ ਡਾਇਲਮਾਸ ਬਣਾਏ। ਡਾਇਲਮਾਸ ਦਾ ਮਤਲਬ ਕਿ ਜਦੋਂ ਤੁਸੀਂ ਇੱਕ ਪੁਜੀਸ਼ਨ 'ਤੇ ਆ ਕੇ ਦੋ ਸਿਚੁਏਸ਼ਨਸ ਦੇ ਵਿੱਚ ਕਨਫਿਊਜ਼ ਹੋ ਜਾਂਦੇ ਹੋ ਅਤੇ ਮੋਰਲ ਰੀਜ਼ਨਿੰਗ ਦੇ ਬੇਸ 'ਤੇ ਉਹਨਾਂ 'ਚ ਇੱਕ ਫੈਸਲਾ ਲੈ ਲੈਂਦੇ ਹਾਂ, ਇਸ ਨਾਲ ਉਹਨੇ ਲੋਕਾਂ ਦੀ ਨੈਤਿਕਤਾ ਨੂੰ ਚੈੱਕ ਕੀਤਾ ਜੀ, ਠੀਕ ਹੈ ਜੀ। ਇਹ ਸਭ ਕੁਛ ਕਰਕੇ ਫਿਰ ਉਹ ਪਹੁੰਚਦਾ ਹੈਗਾ ਥੀਰੀ 'ਤੇ, ਅਤੇ ਥੀਰੀ ਦੇ ਵਿੱਚ ਉਹ ਕੀ ਗੱਲ ਕਹਿੰਦਾ ਆਪਾਂ ਉਸੇ ਦੀ ਹੁਣ ਗੱਲ ਕਰਨੀ ਹੈ। ਚਲੋ ਤਾਂ ਲਾਰੈਂਸ ਕੋਲਬਰਗ ਨੇ ਤਿੰਨ ਸਟੇਜਸ ਦਿੱਤੀਆਂ ਜੀ, ਤਿੰਨ ਸਟੇਜਸ ਦੇ ਵਿੱਚ ਉਹ ਇਨਸਾਨ ਦੀ ਨੈਤਿਕਤਾ ਨੂੰ ਜਿਹੜਾ ਹੈਗਾ ਵੰਡਦਾ ਅਤੇ ਦੱਸਦਾ ਕਿ ਕਿਸ ਤਰੀਕੇ ਨਾਲ ਇਨਸਾਨ ਜਿਹੜਾ ਹੈਗਾ ਉਹ ਨੈਤਿਕ ਤੌਰ 'ਤੇ ਤਰੱਕੀ ਕਰਦਾ, ਡਿਵੈਲਪ ਹੁੰਦਾ। ਸਭ ਤੋਂ ਪਹਿਲਾਂ ਹੈ ਜੀ ਪ੍ਰੀ ਕਨਵੈਨਸ਼ਨਲ ਸਟੇਜ, ਪਹਿਲੀ ਸਟੇਜ ਹੈ ਜੀ ਪ੍ਰੀ ਕਨਵੈਨਸ਼ਨਲ ਸਟੇਜ। ਪ੍ਰੀ ਕਨਵੈਨਸ਼ਨਲ ਸਟੇਜ ਜੋ ਫਸਟ ਸਟੇਜ ਆ ਜੀ, ਪ੍ਰੀ ਕਨਵੈਨਸ਼ਨਲ ਸਟੇਜ, ਇਹ 4 ਤੋਂ ਲੈ ਕੇ 10 ਸਾਲ ਦੀ ਸਟੇਜ ਆ ਜੀ। ਇਨਸਾਨ ਦੇ ਮੁੱਢਲੇ 4 ਸਾਲਾਂ ਤੋਂ ਲੈ ਕੇ 10 ਸਾਲ ਦੀ ਸਟੇਜ ਆ ਪ੍ਰੀ ਕਨਵੈਨਸ਼ਨਲ ਸਟੇਜ। ਪਹਿਲੀ ਗੱਲ ਤਾਂ ਦੇਖੋ ਇਹਦੇ ਨਾਮ ਸਟੇਜਸ ਦੇ ਨਾਮ ਕੀ ਨੇ, ਪ੍ਰੀ ਕਨਵੈਨਸ਼ਨਲ ਸਟੇਜ, ਫਿਰ ਅਗਲੀ ਸਟੇਜ ਆ ਕਨਵੈਨਸ਼ਨਲ ਸਟੇਜ, ਅਤੇ ਫਿਰ ਹੈਗੀ ਆ ਪੋਸਟ ਕਨਵੈਨਸ਼ਨਲ ਸਟੇਜ। ਤਾਂ ਇਸ ਚੀਜ਼ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਕਨਵੈਨਸ਼ਨਲ ਦਾ ਮਤਲਬ ਕੀ ਆ। ਕਨਵੈਨਸ਼ਨਲ ਦਾ ਮਤਲਬ ਹੈਗਾ ਜੀ ਜੋ ਮੋਰੈਲਿਟੀ, ਜੋ ਨੈਤਿਕਤਾ ਸਮਾਜ ਦੇ ਵਿੱਚ ਸਥਾਪਿਤ ਆਲਰੇਡੀ ਹੈ, ਜਦੋਂ ਤੁਸੀਂ ਉਹਦੇ ਬਰਾਬਰ ਆ ਜਾਂਦੇ ਹੋ ਤਾਂ ਉਹਨੂੰ ਕਨਵੈਨਸ਼ਨਲ ਸਟੇਜ ਕਿਹਾ ਜਾਂਦਾ। ਇੱਕ ਸਟੇਜ ਹੁੰਦੀ ਹੈ 4 ਤੋਂ 10 ਸਾਲ ਦੀ ਸਟੇਜ, ਜਦੋਂ ਤੁਸੀਂ ਉਸ ਕਨਵੈਨਸ਼ਨਲ ਸਮਾਜ ਦੇ ਵਿੱਚ ਸਥਾਪਿਤ ਮੋਰਲ ਮੋਰੈਲਿਟੀ ਤੋਂ ਪਹਿਲਾਂ ਦੀ ਸਟੇਜ ਆ ਜਿਹੜੀ, ਉਹਨੂੰ ਪ੍ਰੀ ਕਨਵੈਨਸ਼ਨਲ ਕਿਹਾ ਜਾਂਦਾ। ਫਿਰ ਸਮਾਜ ਦੇ ਵਿੱਚ ਇੱਕ ਐਸੀ ਸਟੇਜ ਆਉਂਦੀ ਹੈ ਜੋ ਸਮਾਜ ਦੇ ਅਕੋਰਡਿੰਗ ਮੋਰੈਲਿਟੀ ਹੈ, ਤੁਸੀਂ ਉਸੇ ਅਕੋਰਡਿੰਗ ਹੀ ਉਸੇ ਮੋਰੈਲਿਟੀ ਨੂੰ ਹੀ ਆਪਦੀ ਮੋਰੈਲਿਟੀ ਮੰਨ ਲੈਂਦੇ ਹੋ, ਉਹਨੂੰ ਅਸੀਂ ਕਨਵੈਨਸ਼ਨਲ ਸਟੇਜ ਕਹਿੰਦੇ ਹਾਂ। ਅਤੇ ਜਿਹੜੀ ਇਹਦੀ ਥਰਡ ਸਟੇਜ ਹੋਊਗੀ ਪੋਸਟ ਕਨਵੈਨਸ਼ਨਲ ਸਟੇਜ, ਜਦੋਂ ਤੁਸੀਂ ਉਸ ਮੋਰੈਲਿਟੀ ਨੂੰ ਨਹੀਂ ਮੰਨਦੇ ਅਤੇ ਉਹਦੇ ਤੋਂ ਬਾਹਰ ਨਿਕਲ ਕੇ ਆਪਦੀ ਖੁਦ ਦੀ ਮੋਰੈਲਿਟੀ ਬਣਾਉਂਦੇ ਆ, ਉਹਨੂੰ ਅਸੀਂ ਪੋਸਟ ਕਨਵੈਨਸ਼ਨਲ ਸਟੇਜ ਕਹਿੰਦੇ ਹਾਂ। ਤਾਂ ਇੱਥੇ ਕਨਵੈਨਸ਼ਨਲ ਦਾ ਮਤਲਬ ਹੈ ਕਿ ਜੋ ਸਮਾਜ ਦੇ ਵਿੱਚ ਆਲਰੇਡੀ ਮੋਰੈਲਿਟੀ ਸਥਾਪਿਤ ਹੈ ਉਹਦੇ ਤੋਂ ਪ੍ਰੀ, ਪਹਿਲਾਂ ਦੀ ਸਟੇਜ।
ਤਾਂ ਇਸ ਸਟੇਜ ਦੇ ਵਿੱਚ ਲਾਰੈਂਸ ਕੋਲਬਰਗ ਕੀ ਕਹਿੰਦਾ ਜੀ, ਉਹ ਕਹਿੰਦਾ ਜੀ ਜਿਹੜਾ ਇਹਦਾ ਪਹਿਲਾ ਸਟੈਪ ਆ, ਜਿਹੜਾ ਇਹਦਾ ਸਟੈਪ 1 ਆ ਇਸ ਸਟੇਜ ਦਾ। ਹਰ ਸਟੇਜ ਦੇ ਵਿੱਚ ਦੋ ਸਟੈਪ ਦਿੱਤੇ ਨੇ ਜੀ। ਸਟੈਪ 1 ਕੀ ਆ ਜੀ? ਉਹ ਕਹਿੰਦੇ ਸਟੈਪ 1 ਤੇ ਜੋ ਇਨਸਾਨ ਆ ਉਹ ਦੋ ਹੀ ਚੀਜ਼ਾਂ ਨੂੰ ਲੈ ਕੇ ਮੋਰੈਲਿਟੀ ਦਿਖਾਉਂਦਾ, ਇੱਕ ਤਾਂ ਆਗਿਆਕਾਰਤਾ ਓਬੀਡੈਂਸ ਤੇ ਇੱਕ ਪਨਿਸ਼ਮੈਂਟ। ਮਤਲਬ ਕਿ ਇਹਦੇ 'ਚ ਕੀ ਆ, ਕਹਿੰਦਾ ਜੀ ਜਦੋਂ ਪ੍ਰੀ ਕਨਵੈਨਸ਼ਨਲ ਸਟੇਜ ਦੇ ਬੰਦਾ ਸਟੈਪ 1 ਤੇ ਹੁੰਦਾ ਤਾਂ ਸਟੈਪ 1 ਤੇ ਉਹ ਸਿਰਫ ਉਹਦੀ ਮੋਰੈਲਿਟੀ ਕਾਹਦੇ 'ਤੇ ਬੇਸਡ ਹੁੰਦੀ ਆ? ਜਾਂ ਤਾਂ ਜੋ ਉਹਨੂੰ ਕੋਈ ਆਗਿਆ ਦੇ ਰਿਹਾ ਉਹਦਾ ਪਾਲਣ ਕਰ ਰਿਹਾ, ਇਹ ਉਹਦੀ ਮੋਰੈਲਿਟੀ ਆ। ਜਾਂ ਫਿਰ ਸਜ਼ਾ ਦੇ ਡਰ ਤੋਂ ਕੋਈ ਕੰਮ ਕਰ ਰਿਹਾ, ਇਹ ਮੋਰੈਲਿਟੀ ਆ। ਇਹ ਲਗਭਗ ਜੇ ਤੁਸੀਂ ਇਹਨੂੰ ਤੋੜ ਕੇ ਦੇਖੋਗੇ ਤਾਂ 4 ਤੋਂ 7 ਸਾਲਾਂ ਦਾ ਟਾਈਮ ਆ ਇਹ। ਦੇਖੋ ਫੋਰ ਐਗਜ਼ਾਮਪਲ, ਤੁਹਾਡੀ ਫੈਮਿਲੀ 'ਚ ਕਿਸੇ ਗੈਸਟ ਨੇ ਆਉਣਾ ਅਤੇ ਤੁਹਾਡੀ ਏਜ ਇੰਨੀ ਆ 4 ਤੋਂ 10, ਜਾਂ ਕਿਸੇ ਵੀ ਬੱਚੇ ਦੀ ਜਿਹੜੀ ਹੈਗੀ ਆ ਏਜ ਉਹ ਇਸ ਟਾਈਮ 'ਤੇ ਆ ਏਜ, ਹੈ ਨਾ। ਤਾਂ ਤੁਸੀਂ ਕੀ ਦੇਖਦੇ ਹੋ? ਤੁਸੀਂ ਇਹ ਗੱਲ ਦੇਖਦੇ ਹੋ ਕਿ ਇਸ ਉਮਰ ਦੇ ਬੱਚਿਆਂ ਨੂੰ ਜਦੋਂ ਪੇਰੈਂਟਸ ਕਹਿੰਦੇ ਆ ਕਿ ਵੀ ਕੱਲ੍ਹ ਨੂੰ ਆਪਣੇ ਰੈਲੇਟਿਵਸ ਆਉਣਾ, ਤੁਸੀਂ ਉਹਨਾਂ ਨੇ ਸਾਰਿਆਂ ਨੇ ਉਹਨਾਂ ਦੀ ਰਿਸਪੈਕਟ ਕਰਨੀ ਆ, ਸਤਿ ਸ਼੍ਰੀ ਅਕਾਲ ਬੁਲਾਉਣੀ ਆ, ਤਾਂ ਬੱਚੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਇਹਦਾ ਮਤਲਬ ਇਹ ਨਹੀਂ ਕਿ ਉਹਨਾਂ 'ਚ ਮੋਰੈਲਿਟੀ ਆ, ਇਹਦਾ ਮਤਲਬ ਇਹ ਆ ਕਿ ਜੋ ਉਹਨਾਂ ਦੇ ਪੇਰੈਂਟਸ ਨੇ ਕਿਹਾ ਉਹ ਉਹਦੀ ਆਗਿਆ ਦਾ ਪਾਲਣ ਕਰ ਰਹੇ ਨੇ। ਤਾਂ 4 ਸਾਲ ਦੇ ਬੱਚੇ ਦੀ ਮੋਰੈਲਿਟੀ ਕੀ ਹੋਊਗੀ? ਜੋ ਉਹਨੂੰ ਵੱਡੇ ਆਗਿਆ ਦੇ ਰਹੇ ਨੇ ਉਹੀ ਮੋਰੈਲਿਟੀ ਹੋਊਗੀ। ਜਾਂ ਫਿਰ ਉਲਟਾ ਉਹੀ ਫੈਮਿਲੀ ਕਹਿੰਦੇ ਕਿ ਜੇ ਕੱਲ੍ਹ ਨੂੰ ਜਦੋਂ ਆਪਣੇ ਗੈਸਟ ਆਉਣੇ ਆ ਘਰੇ ਤੇ ਜੇ ਤੁਸੀਂ ਸ਼ਰਾਰਤ ਕੀਤੀ ਤਾਂ ਤੁਹਾਨੂੰ ਕੋਈ ਸਜ਼ਾ ਦੇਵਾਂਗੇ ਅਸੀਂ। ਲਾਈਕ ਸਿੰਪਲ ਆਪਾਂ ਆਮ ਘਰਾਂ 'ਚ ਕਹਿ ਦਿੰਦੇ ਹਾਂ ਕਿ ਤੈਨੂੰ ਅਸੀਂ ਜਿਹੜਾ ਹੈਗਾ ਕੋਈ ਘੁੰਮਣ ਲਈ ਨਹੀਂ ਦੇਣਾ, ਕੋਈ ਆਹ ਪ੍ਰਾਈਜ਼ ਨਹੀਂ ਦੇਣਾ, ਕੋਈ ਫੋਨ ਨਹੀਂ, ਤੇਰਾ ਸਾਈਕਲ ਖੋਹ ਕੇ ਰੱਖ ਲਾਂਗੇ ਜੇ ਤੂੰ ਕੱਲ੍ਹ ਨੂੰ ਆਏ ਹੋਏ ਗੈਸਟ ਦੇ ਸਾਹਮਣੇ ਸਾਡੀ ਜਿਹੜੀ ਹੈਗੀ ਕੋਈ ਐਸੀ ਸ਼ਰਾਰਤ ਕਰਤੀ, ਕੁਛ ਤੋੜਤਾ ਵਗੈਰਾ ਵਗੈਰਾ। ਤਾਂ ਬੱਚਾ ਉਹਨਾਂ ਗੈਸਟ ਦੇ ਸਾਹਮਣੇ ਸਿਆਣਾ ਸਿਆਣਾ ਬਣ ਕੇ ਤੁਰਿਆ ਫਿਰਦਾ। ਇੱਥੇ ਬੱਚੇ 'ਚ ਕੋਈ ਆਪਦੀ ਮੋਰੈਲਿਟੀ ਨਹੀਂ ਹੈ, ਉਹ ਪਨਿਸ਼ਮੈਂਟ ਦੇ ਡਰ ਤੋਂ ਹੀ ਇਹ ਮੋਰੈਲਿਟੀ ਦਿਖਾ ਰਿਹਾ। ਤਾਂ ਅਸੀਂ ਕਿਹੜੇ ਸਿੱਟੇ 'ਤੇ ਨਿਕਲਦੇ ਹਾਂ ਕਿ ਇਸ ਏਜ ਦੇ ਵਿੱਚ ਜਿਹੜੀ ਬੱਚੇ ਦੀ ਨੈਤਿਕਤਾ ਉਹ ਦੋ ਗੱਲਾਂ 'ਤੇ ਡਿਪੈਂਡ ਕਰਦੀ ਹੈ। ਇੱਕ ਤਾਂ ਕੋਈ ਉਹਨੂੰ ਆਗਿਆ ਕੀ ਦੇ ਰਿਹਾ ਅਤੇ ਕੋਈ ਉਹਨੂੰ ਸਜ਼ਾ ਦਾ ਡਰ ਕੀ, ਜਾਂ ਤਾਂ ਉਹ ਸਜ਼ਾ ਦੇ ਡਰ ਤੋਂ ਮੋਰਲ ਹੋ ਰਿਹਾ ਜਾਂ ਉਹ ਆਗਿਆ ਦਾ ਪਾਲਣ ਕਰਕੇ ਮੋਰਲ ਹੋ ਰਿਹਾ। ਫਿਰ ਹੈ ਜੀ ਸਟੈਪ 2, ਇਸੇ ਪ੍ਰੀ ਕਨਵੈਨਸ਼ਨਲ ਸਟੇਜ ਦੇ ਵਿੱਚ ਹੀ ਸਟੈਪ 2 ਆ ਜੀ। ਇਹ ਸਟੈਪ ਹੈਗਾ ਜੀ, ਇੱਕ ਤਾਂ ਰਿਵਾਰਡਸ, ਇੱਕ ਇੱਥੇ ਆਉਂਦੀ ਹੈ ਜੀ ਗੱਲ ਟਿਟ ਔਰ ਟੈਟ ਦੀ, ਅਗਲੇ ਦਾ ਬਦਲਾ ਜਿਹਨੂੰ ਕਹਿ ਦਿੰਦੇ ਹਾਂ। ਅਤੇ ਇਹ ਤੁਸੀਂ ਇੱਧਰ ਜਾਣਦੇ ਹੋ ਕਿ 7 ਤੋਂ 10 ਸਾਲ ਜਾਂ 8 ਤੋਂ ਲਿਖ ਸਕਦੇ ਹਾਂ, ਸਭ ਤੋਂ ਉੱਪਰ ਲਿਖਦਾ 8 ਤੋਂ 10 ਸਾਲ ਦੀ ਸਟੇਜ ਆ ਜੀ। ਪਹਿਲੀ ਸਟੇਜ, ਹਰ ਸਟੇਜ ਨੂੰ ਇਹਨੇ ਦੋ ਪਾਰਟਸ ਦੇ ਵਿੱਚ ਵੰਡਿਆ ਹੋਇਆ। ਤਾਂ ਪਹਿਲੀ ਸਟੇਜ ਦੇ ਵਿੱਚ ਸਟੈਪ 2 ਆ ਜਿਹੜਾ, ਉਹ ਕਹਿੰਦਾ ਵੀ ਜਦੋਂ ਥੋੜ੍ਹਾ ਜਿਹਾ 8 ਸਾਲ ਦਾ ਬੱਚਾ ਹੋ ਜਾਂਦਾ ਨਾ, 8, 9, 10 ਇਸ ਉਮਰ 'ਤੇ ਬੱਚਾ ਪਹੁੰਚਦਾ, ਤਾਂ ਜਿਹੜੀ ਉਹਦੀ ਨੈਤਿਕਤਾ ਉਹਨੂੰ ਇਹ ਆਹ ਦੋ ਗੱਲਾਂ ਬਹੁਤ ਪ੍ਰਭਾਵਿਤ ਕਰਦੀਆਂ ਨੇ। ਇੱਕ ਤਾਂ ਰਿਵਾਰਡਸ, ਇਨਾਮ, ਹੈ ਨਾ। ਪੇਰੈਂਟਸ ਕਹਿੰਦੇ ਵੀ ਭਾਈ ਆਪਾਂ ਕੱਲ੍ਹ ਨੂੰ ਕਿਸੇ ਫੰਕਸ਼ਨ 'ਤੇ ਜਾਣਾ, ਜੇ ਤੂੰ ਸਾਰਿਆਂ ਨੂੰ ਵਧੀਆ ਵਧੀਆ ਚੰਗੇ ਉਹਨਾਂ ਨੂੰ ਅੱਛੇ ਤਰੀਕੇ ਨਾਲ ਜੇ ਤੂੰ ਮਿਲਿਆ, ਸਤਿ ਸ਼੍ਰੀ ਅਕਾਲ ਬੁਲਾਈ, ਰਿਸਪੈਕਟ ਕੀਤੀ, ਸਿਆਣਾ ਬੱਚਾ ਬਣ ਕੇ ਰਿਹਾ, ਤਾਂ ਤੈਨੂੰ ਨਾ ਅਸੀਂ ਆਉਂਦੇ ਹੋਏ ਆਹ ਖੇਡ ਲਿਆ ਦਿਆਂਗੇ, ਜਾਂ ਤੈਨੂੰ ਅਸੀਂ ਪੀਜ਼ਾ ਬਰਗਰ ਖਵਾ ਦਿਆਂਗੇ। ਹੁਣ ਬੱਚੇ ਦੇ ਧਿਆਨ 'ਚ ਉਹ ਰਿਵਾਰਡ ਆ, ਉਹ ਰਿਵਾਰਡ ਜਦੋਂ ਆਉਣੇ ਆਪਾਂ, ਬੱਚਾ ਕਹਿੰਦਾ ਲੈ ਵੀ ਤੁਸੀਂ ਕਿਹਾ ਸੀ ਰਿਸਪੈਕਟ ਕਰਨੀ ਆ, ਸਿਆਣਾ ਬਣਨਾ, ਸਾਰਿਆਂ ਬੱਚਾ ਉਸ ਰਿਵਾਰਡ ਨੂੰ ਕੇਂਦਰਿਤ ਰੱਖ ਕੇ ਆਪਦੀ ਨੈਤਿਕਤਾ ਨੂੰ ਡਿਸਾਈਡ ਕਰਦਾ ਗਾ। ਉਹਦੇ 'ਚ ਦਿਲੋਂ ਕੋਈ ਨੈਤਿਕਤਾ ਆਪਦੀ ਨੈਤਿਕਤਾ ਨਹੀਂ ਹੈ, ਬਸ ਉਹ ਕਹੀ ਹੋਈ ਗੱਲ ਦੇ ਆਧਾਰ 'ਤੇ, ਉਸ ਰਿਵਾਰਡ ਦੇ ਬੇਸ 'ਤੇ, ਰਿਵਾਰਡ ਨੂੰ, ਇਨਾਮ ਨੂੰ ਹੀ ਧਿਆਨ 'ਚ ਰੱਖਦਾ ਉਹ ਕਿ ਮੈਨੂੰ ਇਨਾਮ ਮਿਲੂਗਾ ਅਤੇ ਮੈਂ ਇਸ ਇਨਾਮ ਪ੍ਰਾਪਤੀ ਲਈ ਮੈਂ ਅੱਛਾ ਬਿਹੇਵ ਕਰੂੰ, ਜਿਹਨੂੰ ਤੁਸੀਂ ਮੋਰੈਲਿਟੀ ਕਹਿੰਦੇ। ਠੀਕ ਹੈ ਜੀ। ਅਗਲੀ ਗੱਲ ਇਹਦੇ 'ਚ ਕੀ ਆ ਜੀ? ਅਗਲੀ ਗੱਲ ਇਹਦੇ 'ਚ ਇਹ ਹੈ ਜੀ, ਨੈਕਸਟ ਗੱਲ ਟਿਟ ਫੋਰ ਟੈਟ, ਅਗਲੇ ਦਾ ਬਦਲਾ। ਤੁਸੀਂ ਅਕਸਰ ਦੇਖਿਆ ਹੋਊਗਾ ਕਿ ਇੱਕ ਬੱਚੇ ਨੇ ਕਾਪੀ ਫਾੜਤੀ ਦੂਸਰੇ ਬੱਚੇ ਦੀ, ਅਤੇ ਤੁਸੀਂ ਕਹਿੰਦੇ ਹੋ ਵੀ ਇਹ ਕਾਪੀ ਤੂੰ ਕਿਉਂ ਫੜੀ? ਉਹ ਕਹਿੰਦਾ ਕੱਲ੍ਹ ਇਹਨੇ ਮੇਰੀ ਕਾਪੀ ਫਾੜੀ ਸੀ। ਇੱਕ ਬੱਚੇ ਨੇ ਦੂਜੇ ਦੇ ਮਾਰਿਆ, ਤੁਸੀਂ ਕਹਿੰਦੇ ਵੀ ਕਿਉਂ ਮਾਰਿਆ ਤੂੰ ਇਹਦੇ? ਕਹਿੰਦਾ ਕੱਲ੍ਹ ਇਹਨੇ ਮੇਰੇ ਮਾਰਿਆ ਸੀ। ਟਿਟ ਫੋਰ ਟੈਟ, ਟਿਟ ਫੋਰ ਟੈਟ। ਘਰੇ ਦੋ ਬੱਚੇ ਨੇ, ਇੱਕ ਨੇ ਉਹਦਾ ਚੋਕਲੇਟ ਚੱਕ ਕੇ ਖਾ ਲਿਆ, ਦੂਜਾ ਵੀ ਖਾ ਜੂਗਾ। ਤੁਸੀਂ ਆਖੋਗੇ ਵੀ ਤੂੰ ਕਿਉਂ ਇਹਦਾ ਚੋਕਲੇਟ ਖਾਧਾ? ਉਹਦਾ ਬੱਚਾ ਆਖੂਗਾ ਕੱਲ੍ਹ ਇਹਨੇ ਮੇਰਾ ਖਾਧਾ। ਇਹ ਜਿਹੜਾ ਟਿਟ ਫੋਰ ਟੈਟ ਆ, ਇਹੀ ਉਹਦੀ ਨੈਤਿਕਤਾ ਨੂੰ ਡਿਸਾਈਡ ਕਰਦਾ ਗਾ ਇਸ ਸਟੇਜ ਦੇ ਵਿੱਚ। ਅੱਜ ਤੁਸੀਂ ਸਮਝਦਾਰ ਹੋ, ਤੁਸੀਂ ਤਾਂ ਕਹਿੰਦੇ ਹੋ ਚੱਲ ਕੋਈ ਨਾ ਯਾਰ ਖਾ ਲਿਆ ਤਾਂ ਫਿਰ ਕੀ ਆ, ਹੈ ਨਾ, ਆਪਾਂ ਹੋਰ ਲੈ ਆਵਾਂਗੇ। ਇਹ ਤੁਹਾਡੀ ਨੈਤਿਕਤਾ, ਕਿਉਂਕਿ ਤੁਸੀਂ ਤਾਂ ਪੋਸਟ ਕਨਵੈਨਸ਼ਨਲ 'ਤੇ ਆਏ ਹੋਏ ਹੋ, ਤੁਸੀਂ ਅਜੇ ਪ੍ਰੀ ਕਨਵੈਨਸ਼ਨਲ 'ਤੇ ਥੋੜ੍ਹਾ ਨਾ ਕਿਤੇ ਸੀਗੇ, ਪਰ ਜਦੋਂ ਤੁਸੀਂ ਇਸ ਟਾਈਮ 'ਤੇ ਸੀ
ਤਾਂ ਸਟੈਪ 1 ਦੇ ਵਿੱਚ ਜਦੋਂ ਤੁਸੀਂ 4 ਤੋਂ 7 ਸਾਲ ਦੇ ਸੀ ਤਾਂ ਜੋ ਸਾਡੇ ਮਾਪਿਆਂ ਨੇ ਸਾਨੂੰ ਆਖਿਆ ਸਾਡੀ ਨੈਤਿਕਤਾ ਉਹੀ ਸੀ, ਜਾਂ ਫਿਰ ਜਿਸ ਗੱਲ ਤੋਂ ਉਹਨਾਂ ਨੇ ਸਾਨੂੰ ਡਰਾਇਆ ਸਾਡੀ ਨੈਤਿਕਤਾ ਉਹ ਸੀ ਪਨਿਸ਼ਮੈਂਟ ਸਜ਼ਾ ਦੇ ਡਰ ਤੋਂ। ਫਿਰ ਉਸ ਤੋਂ ਬਾਅਦ ਸਟੈਪ 2 ਦੀ ਗੱਲ ਕਰਦੇ ਹਾਂ ਜਦੋਂ ਅਸੀਂ, ਤਾਂ ਸਟੈਪ 2 ਦੇ ਵਿੱਚ ਜਦੋਂ ਅਸੀਂ ਥੋੜ੍ਹੇ ਵੱਡੇ ਹੋ ਜਾਂਦੇ ਹਾਂ ਤਾਂ ਸਾਡੀ ਨੈਤਿਕਤਾ ਉਹ ਸੀ ਜਿਸ ਦੇ ਵਿੱਚ ਰਿਵਾਰਡ ਦੀ ਗੱਲ ਆਉਂਦੀ ਆ, ਜਿਹਦੀ ਗੱਲ 'ਤੇ ਸਾਨੂੰ ਕਿਸੇ ਨੇ ਲਾਲਚ ਦਿੱਤਾ ਕਿ ਤੁਹਾਨੂੰ ਇਨਾਮ ਦੇਵਾਂਗੇ ਜੇ ਤੂੰ ਆਹ ਕਰੇਂਗਾ, ਠੀਕ ਆ ਜੀ, ਅਸੀਂ ਉਸੇ ਨੂੰ ਆਪਦੀ ਨੈਤਿਕਤਾ ਬਣਾ ਲਈ। ਘਰ ਦੇ ਕਹਿੰਦੇ ਵੀ 10 ਗੈਸਟ ਆ ਰਹੇ ਆ, ਜੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਏਗਾ, ਪੈਰੀਂ ਹੱਥ ਲਾਏਗਾ, ਤੈਨੂੰ ਅਸੀਂ ਆਹ ਚੀਜ਼ ਖਵਾ ਦਿਆਂਗੇ, ਆਪਾਂ ਕੀਤਾ ਉਹ, ਕਿਉਂਕਿ ਰਿਵਾਰਡ ਇੱਕ ਇਨਾਮ ਨੂੰ ਧਿਆਨ 'ਚ ਰੱਖ ਕੇ ਹੀ ਸਾਡੀ ਨੈਤਿਕਤਾ। ਅਤੇ ਇਨਾਮ ਕਿਹੜੀ ਚੀਜ਼ ਦਾ ਮਿਲਦਾ? ਜੋ ਅਸੀਂ ਸਮਾਜ ਦੇ ਵਿੱਚ ਚੰਗਾ ਕਰਦੇ ਹਾਂ, ਤਾਂ ਉਹ ਚੰਗਾ ਕਰਨ ਦੇ ਇੱਕ ਇਨਾਮ ਦੇ ਲਾਲਚ ਦੇ ਵਿੱਚ ਸਾਡੀ ਨੈਤਿਕਤਾ ਡਿਵੈਲਪ ਹੋਣ ਲੱਗ ਗਈ, ਠੀਕ ਹੈ ਜੀ। ਫਿਰ ਜਿਵੇਂ ਟਿੱਟ ਫੋਰ ਟੈਟ ਦੀ ਇਸ ਉਮਰ ਦੇ ਵਿੱਚ ਅਸੀਂ ਨੈਤਿਕਤਾ ਸਾਡੀ ਇਹ ਵੀ ਹੁੰਦੀ ਹੈ ਕਿ ਜੋ ਸਾਡੇ ਸਾਹਮਣੇ ਨੇ ਸਾਡੇ ਲਈ ਕੀਤਾ ਅਸੀਂ ਉਹੀ ਕਰਾਂਗੇ, ਜੋ ਸਾਨੂੰ ਸਾਡੇ ਉਹਨੇ ਮਾਰਿਆ ਅਸੀਂ ਵੀ ਮਾਰਾਂਗੇ, ਉਹਨੇ ਸਾਨੂੰ ਕੋਈ ਚੀਜ਼ ਖਾਣ ਨੂੰ ਦੇ ਦਿੱਤੀ ਅਸੀਂ ਵੀ ਦੇ ਦਿਆਂਗੇ। ਟਿੱਟ ਫੋਰ ਟੈਟ ਦੇ ਬੇਸ 'ਤੇ ਸਾਡੀ ਜਿਹੜੀ ਨੈਤਿਕਤਾ ਉਹ ਡਿਵੈਲਪ ਹੁੰਦੀ ਹੈ, ਠੀਕ ਹੈ ਜੀ। ਤਾਂ ਇਹ ਸਟੇਜ 1 ਆ ਜੀ, ਇੱਥੋਂ ਤੱਕ ਆਈ ਥਿੰਕ ਤੁਹਾਨੂੰ ਕਲੀਅਰ ਹੋਏ ਹੋ। ਫਿਰ ਆਪਾਂ ਸਟੇਜ 2 'ਤੇ ਚੱਲਦੇ ਹਾਂ। ਸਟੇਜ 2 'ਤੇ ਕੀ ਆ ਜੀ? ਸਟੇਜ 2, 3 ਸਟੇਜਸ ਨੇ ਟੋਟਲ, ਤਾਂ ਸਟੇਜ 2 ਕੀ ਆ ਜੀ? ਕਨਵੈਨਸ਼ਨਲ ਸਟੇਜ ਜੀ, ਕਨਵੈਨਸ਼ਨਲ ਸਟੇਜ ਜੀ, ਜੋ ਰਵਾਇਤੀ ਆ, ਜੋ ਕਨਵੈਨਸ਼ਨਲ ਆ ਜੀ, ਇਹ 10 ਤੋਂ 13 ਸਾਲ ਦਾ ਸਮਾਂ ਜੀ, 10 ਤੋਂ 13 ਸਾਲ ਦੀ ਇਹ ਸਟੇਜ ਆ ਜੋ ਰਵਾਇਤੀ ਆ। ਰਵਾਇਤੀ ਦਾ ਮਤਲਬ ਕੀ ਹੁੰਦਾ? ਕਿ ਉਹ ਮੋਰੈਲਿਟੀ, ਉਹ ਨੈਤਿਕਤਾ ਜੋ ਸਮਾਜ ਦੁਆਰਾ ਸਥਾਪਿਤ ਹੈ, ਜੋ ਹੈ, ਜਿਵੇਂ ਸਮਾਜ ਨੇ ਨੈਤਿਕਤਾ ਨੂੰ ਡਿਸਾਈਡ ਕਰਤਾ ਤੁਸੀਂ ਉਵੇਂ ਉਹਨੂੰ ਮੰਨ ਲਓ, ਇਹ ਕਨਵੈਨਸ਼ਨਲ ਸਟੇਜ ਆ। ਇਹ ਸਟੇਜ 10 ਤੋਂ 13 ਸਾਲ ਦੀ ਜਿਹੜੀ ਹੈਗੀ ਆ ਸਟੇਜ ਇਹ ਹੁੰਦੀ ਆ ਜੀ। ਤਾਂ ਸਭ ਤੋਂ ਪਹਿਲਾਂ ਸਟੈਪ 3, ਸਟੈਪ 3 ਹੈ ਇਹਦੇ 'ਚ ਕੀ ਹੈ ਜੀ? ਗੁੱਡ ਬੋਏ, ਅਤੇ ਜਾਂ ਤੁਸੀਂ ਕਹਿ ਲਓ ਇਹਨੂੰ ਬੈਡ ਬੋਏ, ਇਹ ਬੈਡ ਬੋਏ, ਗੁੱਡ ਬੋਏ ਅਤੇ ਬੈਡ ਬੋਏ, ਇਹ 10 ਤੋਂ 12 ਸਾਲ ਤੱਕ ਦੀ ਜਿਹੜੀ ਹੈਗੀ ਆ ਸਟੇਜ ਹੈ ਜੀ। ਗੁੱਡ ਬੋਏ ਅਤੇ ਬੈਡ ਬੋਏ ਲਗਭਗ ਤੁਸੀਂ ਕਹਿ ਸਕਦੇ ਹੋ ਕਿ 10 ਤੋਂ 12 ਸਾਲ ਦੀ ਇਹ ਸਟੇਜ ਹੋ। ਹੁਣ ਮੈਂ ਇੱਥੇ ਗੱਲ ਕਰ ਰਿਹਾ ਕਨਵੈਨਸ਼ਨਲ ਦੀ, ਮਤਲਬ ਕਿ ਸਟੇਜ 2 ਦੀ। ਆਪਾਂ ਇੱਥੇ 3 ਸਟੇਜਾਂ ਦੇ ਵਿੱਚੋਂ ਆਪਾਂ ਸੈਕਿੰਡ ਸਟੇਜ 'ਤੇ ਪਹੁੰਚ ਗਏ ਹਾਂ, ਤਾਂ ਸਟੇਜ 2 ਦੀ ਗੱਲ ਕਰ ਰਿਹਾ ਕਨਵੈਨਸ਼ਨਲ ਸਟੇਜ ਦੀ। ਤਾਂ ਕਨਵੈਨਸ਼ਨਲ ਸਟੇਜ ਜੋ ਸਮਾਜ ਦੁਆਰਾ ਸਥਾਪਿਤ ਮੋਰੈਲਿਟੀ ਆ ਉਹਦੀ ਸਟੇਜ। ਹੁਣ ਦੇਖੋ ਗੁੱਡ ਬੋਏ ਅਤੇ ਬੈਡ ਬੋਏ, ਤੁਸੀਂ ਕਿਤੋਂ ਹੋਰ ਵੀ ਥੀਰੀ ਪੜ੍ਹੀ ਹੋਊ ਤਾਂ ਤੁਸੀਂ ਇਹ ਚੀਜ਼ ਪੜ੍ਹੀ ਹੋਊਗੀ ਕਿ 10 ਤੋਂ 12 ਸਾਲ ਦੀ ਉਮਰ ਦੇ ਵਿੱਚ ਬੱਚੇ ਦੀ ਨੈਤਿਕਤਾ ਨੂੰ ਇਹੀ ਚੀਜ਼ ਡਿਸਾਈਡ ਕਰਦੀ ਆ ਕਿ ਗੁੱਡ ਬੋਏ ਅਤੇ ਬੈਡ ਬੋਏ ਦਾ ਕਨਸੈਪਟ। ਪਰ ਇੱਕ ਚੰਗਾ ਲੜਕਾ ਜਾਂ ਇੱਕ ਬੁਰਾ ਲੜਕਾ, ਇਹ ਨਿਰਧਾਰਿਤ ਕਿਵੇਂ ਹੁੰਦਾ? ਕਿਹਨੇ ਡਿਸਾਈਡ ਕਰਨਾ ਕਿ ਆਹ ਚੰਗਾ ਲੜਕਾ ਅਤੇ ਆਹ ਬੁਰਾ ਲੜਕਾ? ਇਹ ਡਿਸਾਈਡ ਕਰਨਾ ਕਨਵੈਨਸ਼ਨਲ ਸਿਸਟਮ ਨੇ, ਜੋ ਸਮਾਜ ਦੇ ਵਿੱਚ ਮੋਰੈਲਿਟੀ ਸਥਾਪਿਤ ਆ ਉਹੀ ਡਿਸਾਈਡ ਕਰਦੀ ਹੈ ਕਿ ਚੰਗਾ ਲੜਕਾ ਕੌਣ ਆ। ਫੋਰ ਐਗਜ਼ਾਮਪਲ, ਆਪਣੇ ਸਮਾਜ 'ਚ ਚੰਗਾ ਲੜਕਾ ਕੌਣ ਆ? ਜਿਹੜਾ ਮਾਪਿਆਂ ਦੀ ਆਗਿਆ ਮੰਨੇ, ਜਿਹੜਾ ਵਧੀਆ ਪੜ੍ਹਦਾ ਹੋਵੇ, ਬੁਰੀਆਂ ਆਦਤਾਂ ਨਾ ਹੋਣ, ਹੈ ਨਾ, ਸਾਰੇ ਰਿਸ਼ਤੇਦਾਰ ਲੋਕਾਂ ਦੀ ਰਿਸਪੈਕਟ ਕਰੇ, ਵੱਡਿਆਂ ਦਾ ਸਤਿਕਾਰ ਕਰੇ, ਛੋਟਿਆਂ ਦਾ ਪਿਆਰ ਕਰੇ, ਚੋਰੀ ਨਾ ਕਰੇ, ਵਗੈਰਾ ਵਗੈਰਾ, ਇਸ ਤਰ੍ਹਾਂ ਦੀਆਂ ਗੱਲਾਂ, ਉਹ ਚੰਗਾ ਲੜਕਾ। ਤਾਂ ਇਸ ਏਜ ਦੇ ਵਿੱਚ ਜਦੋਂ ਅਸੀਂ ਪਹੁੰਚਦੇ ਹਾਂ ਤਾਂ ਇਸ ਏਜ ਦੇ ਵਿੱਚ ਸਾਡਾ ਕੀ ਟੀਚਾ ਹੁੰਦਾ? ਕਿ ਅਸੀਂ ਚੰਗਾ ਲੜਕਾ ਬਣਨਾ, ਬੁਰਾ ਲੜਕਾ ਨਹੀਂ ਬਣਨਾ। ਤਾਂ ਜੋ ਜੋ ਸਮਾਜ ਦੇ ਵਿੱਚ ਚੰਗਾ ਬਣਨ ਲਈ ਗੱਲਾਂ ਸਥਾਪਿਤ ਨੇ ਅਸੀਂ ਉਹੀ ਕਰਦੇ ਹਾਂ, ਉਹੀ ਸਾਡੀ ਮੋਰੈਲਿਟੀ ਬਣ ਜਾਂਦੀ ਹੈ। ਜਿਵੇਂ ਕਿ ਫੋਰ ਐਗਜ਼ਾਮਪਲ ਆਪਾਂ ਆਪਣੀ ਐਗਜ਼ਾਮਪਲ ਲਈਏ, ਆਪਾਂ ਮੰਨ ਲਓ ਵੀ ਇਸ ਏਜ 'ਚ ਹੋਊਗੇ 10 ਤੋਂ 12 ਸਾਲ ਦੀ ਏਜ 'ਚ, ਤਾਂ ਪਹਿਲੀ ਗੱਲ ਤਾਂ ਸਾਨੂੰ ਇਸ ਉਮਰ ਤੱਕ ਆਉਂਦੇ ਆਉਂਦੇ ਪਤਾ ਲੱਗ ਜਾਂਦਾ ਕਿ ਵੀ ਸਿਆਣਾ ਤਾਂ ਉਹੀ ਹੁੰਦਾ ਜਿਹੜਾ ਘਰੇ ਹੈ ਗੈਸਟ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ, ਤਾਂ ਆਪਾਂ ਭੱਜੇ ਜਾਂਦੇ ਹਾਂ ਵੀ ਸਤਿ ਸ਼੍ਰੀ ਅਕਾਲ ਜੀ, ਕਿਉਂਕਿ ਉਹ ਸਾਨੂੰ ਰਿਸ਼ਤੇਦਾਰ ਕਹਿੰਦੇ ਵਾਹ ਵੀ ਵਾਹ ਬੜਾ ਸਿਆਣਾ ਮੁੰਡਾ ਇਹ। ਅਸੀਂ ਆਹ ਕਹਾਉਣਾ ਚਾਹੁੰਦੇ ਬੇਸਿਕਲੀ, ਅਸੀਂ ਕਹਾਉਣ ਸਾਡੇ ਦਿਲ 'ਚ ਰਿਸਪੈਕਟ ਪਤਨੀ ਹੂ ਪਤਨੀ ਨਹੀਂ, ਪਰ ਅਸੀਂ ਇਹ ਕਹਾਉਣਾ, ਕਿਉਂਕਿ ਇਸੇ ਤਰੀਕੇ ਨਾਲ ਹੀ ਸਾਡੀ ਮੋਰਲ ਡਿਵੈਲਪਮੈਂਟ ਹੋ ਰਹੀ ਹੈ। ਇਸੇ ਤਰੀਕੇ ਨਾਲ ਜੇ ਅਸੀਂ ਘਰੇ ਆਏ ਹੋਏ ਨੂੰ ਕਿਸੇ ਨੂੰ ਬੁਲਾਉਂਦੇ ਹੀ ਨਹੀਂ, ਉਹਨਾਂ ਦੀ ਰਿਸਪੈਕਟ ਹੀ ਨਹੀਂ ਕਰਦੇ, ਉਹ ਕਹਿੰਦੇ ਵੀ ਇਹ ਤਾਂ ਵਧੀਆ ਮੁੰਡਾ ਨਹੀਂ, ਇਹ ਤਾਂ ਮਾੜਾ ਮੁੰਡਾ, ਬੈਡ ਬੋਏ, ਇਹ ਅਸੀਂ ਨਹੀਂ ਕਹਾਉਣਾ ਚਾਹੁੰਦੇ। ਤਾਂ ਇਸ ਸਮੇਂ 'ਤੇ ਸਾਡੀ ਜਿਹੜੀ ਨੈਤਿਕਤਾ ਉਹ ਕਨਵੈਨਸ਼ਨਲ ਸੋਸਾਇਟੀ ਡਿਸਾਈਡ ਕਰਦੀ ਹੈ, ਜਿਵੇਂ ਦੇ ਸੋਸਾਇਟੀ ਦੇ ਵਿੱਚ ਇਮੇਜ ਸੈਟਰ ਨੇ, ਉਹਨਾਂ ਨੇ ਰੂਲ ਐਂਡ ਰੈਗੂਲੇਸ਼ਨ, ਅਸੀਂ ਉਹਨਾਂ ਦੇ ਅਕੋਰਡਿੰਗ ਕੰਮ ਕਰਦੇ ਹਾਂ, ਦਿਲ ਤੋਂ ਭਾਵੇਂ ਅਸੀਂ ਕਿਹੋ ਜਿਹੇ ਵੀ ਹੋਈਏ।
ਤਾਂ ਇਸ ਤਰੀਕੇ ਨਾਲ ਇਸ ਸਟੇਜ 'ਤੇ ਆ ਕੇ ਸਾਡੀ ਮੋਰੈਲਿਟੀ ਡਿਵੈਲਪ ਹੋ ਜਾਂਦੀ। ਫਿਰ ਹੈ ਜੀ ਸਟੈਪ ਫੋਰ, ਫਿਰ ਅਸੀਂ ਸਟੈਪ ਫੋਰ ਦੀ ਗੱਲ ਕਰਦੇ ਹਾਂ ਜੀ। ਸਟੈਪ ਫੋਰ, ਸਟੈਪ ਫੋਰ 'ਤੇ ਕੀ ਹੁੰਦਾ ਜੀ? ਸੋਸ਼ਲ ਲਾਅ, ਜਾਂ ਇਹਨੂੰ ਤੁਸੀਂ ਮੋਰੈਲਿਟੀ ਵੀ ਕਹਿ ਸਕਦੇ। ਠੀਕ ਹੈ ਜੀ। ਹੁਣ ਅਸੀਂ ਥੋੜ੍ਹੇ ਜਿਹੇ ਹੋਰ ਵੱਡੇ ਹੋ ਗਏ, 12-13 ਸਾਲ ਦੀ ਏਜ ਦੇ ਵਿੱਚ ਸਾਡੀ ਨੈਤਿਕਤਾ, ਸਾਡੀ ਨੈਤਿਕਤਾ ਨੂੰ ਕਿਹੜੀ ਚੀਜ਼ ਪ੍ਰਭਾਵਿਤ ਕਰਦੀ ਹੈ? ਸੋਸ਼ਲ ਲਾਅ। ਸੋਸ਼ਲ ਲਾਅ ਕੀ ਹੈ? ਸਮਾਜਿਕ ਕਾਨੂੰਨ, ਹੈ ਨਾ। ਤੁਸੀਂ ਇੱਥੇ ਦੇਖੋ ਕਿ ਗੁੱਡ ਬੋਏ ਬੈਡ ਬੋਏ ਦਾ ਕਨਸੈਪਟ ਵੀ ਤਾਂ ਅਸੀਂ ਸੁਸਾਇਟੀ ਦੇ ਬੇਸ 'ਤੇ ਹੀ ਬਣਾਇਆ ਨਾ। ਉਹੀ ਥੋੜ੍ਹੀ ਜਿਹੀ ਇੱਥੇ ਇੰਪਰੂਵ ਹੋ ਗਈ। ਤੁਸੀਂ ਕਹਿ ਲਓ ਵੀ ਸਾਲ ਸਾਡੀ ਸਾਲ 2 ਸਾਲ ਏਜ ਵੱਧਦੀ ਆ, ਤਾਂ ਅਸੀਂ ਫਿਰ ਹੁਣ ਇਸ ਪੁਆਇੰਟ ਆਫ ਵਿਊ 'ਤੇ ਆ ਜਾਂਦੇ ਹਾਂ। ਸੋਸ਼ਲ ਲਾਅ, ਸੋਸ਼ਲ ਲਾਅ ਕੀ ਆ, ਹੈ ਨਾ। ਫੋਰ ਐਗਜ਼ਾਮਪਲ ਆਪਾਂ ਲੜਕੀਆਂ ਦੀ ਗੱਲ ਕਰੀਏ, ਸਾਡੀ ਸੁਸਾਇਟੀ ਕੀ ਕਹਿੰਦੀ ਆ? ਵੀ ਬਈ ਲੜਕੀਆਂ ਨੇ ਦੇਰ ਰਾਤ ਨੂੰ ਨਹੀਂ, ਲੇਟ ਨਹੀਂ ਹੋਣਾ, ਦਿਨ ਖੜੇ ਖੜੇ ਘਰੇ ਆ ਜਾਓ ਪੜ੍ਹ ਕੇ। ਇਹ ਕੀ ਆ? ਸੋਸ਼ਲ ਲਾਅ। ਪਰ ਕਿੱਥੇ ਲਿਖਿਆ ਕਿ ਇਸ ਤਰ੍ਹਾਂ ਹੀ ਹੋਣਾ ਚਾਹੀਦਾ? ਸੁਸਾਇਟੀ ਕਹਿੰਦੀ ਆ ਨਾ, ਸੁਸਾਇਟੀ ਨੇ ਲਾਅ ਬਣਾਇਆ। ਬਾਈ ਚਾਂਸ ਕੋਈ ਲੜਕਾ ਜਾਂ ਲੜਕੀ ਲੇਟ ਆਉਂਦੇ ਆ ਤਾਂ ਆਪਾਂ ਕੀ ਕਹਿੰਦੇ ਵੀ ਇਹ ਤਾਂ ਗਲਤ ਹੋ ਗਿਆ, ਇਹ ਤਾਂ ਗਲਤ ਆ, ਐਵੇਂ ਨਹੀਂ ਹੋਣਾ ਚਾਹੀਦਾ, ਇਹ ਤਾਂ ਬੁਰਾ। ਤਾਂ ਤੁਹਾਡੀ ਮੋਰੈਲਿਟੀ ਇਸ ਏਜ 'ਤੇ ਸੋਸ਼ਲ ਲਾਅ ਡਿਸਾਈਡ ਕਰਦਾ ਜਾਂ ਸੋਸ਼ਲ ਮੋਰੈਲਿਟੀ ਡਿਸਾਈਡ ਕਰਦੀ ਆ? ਜੋ ਸਮਾਜ ਦੁਆਰਾ ਨੈਤਿਕਤਾ ਸਥਾਪਿਤ ਕੀਤੀ ਗਈ ਆ ਉਹੀ ਡਿਸਾਈਡ ਕਰਦੀ ਆ। ਜੇ ਇੱਕ ਲੜਕਾ ਇੱਥੇ ਉਹ ਪੜ੍ਹ ਨਹੀਂ ਰਿਹਾ, ਉਹ ਕੁਛ ਗਲਤ ਹਰਕਤਾਂ ਕਰ ਰਿਹਾ ਜੋ ਸੁਸਾਇਟੀ ਦੇ ਅਗੇਂਸਟ ਨੇ, ਮੰਨ ਲਓ ਵੀ ਕਿਸੇ ਦੇ ਬਾਰ 'ਚ ਜਾ ਕੇ ਉਹ ਗਾਲਾਂ ਕੱਢਿਆ, ਫੋਰ ਐਗਜ਼ਾਮਪਲ ਵਲਗਰ ਲੈਂਗੁਏਜ ਯੂਜ਼ ਕਰਿਆ, ਹੈ ਨਾ, ਤਾਂ ਕੀ ਸੁਸਾਇਟੀ ਦਾ ਲਾਅ ਸਾਨੂੰ ਇਹ ਕਰਨ ਲਈ ਆਗਿਆ ਦਿੰਦਾ? ਨਹੀਂ ਦਿੰਦਾ। ਤਾਂ ਬੱਚਾ ਉਹੀ ਕੰਮ ਕਰੂ ਜੋ ਸੁਸਾਇਟੀ ਦੇ ਲਾਅ ਦੇ ਵਿੱਚ ਆ, ਤਾਂ ਉਹਦੀ ਨੈਤਿਕਤਾ ਸਮਾਜ ਹੀ ਨਿਸ਼ਚਿਤ ਕਰਦਾ, ਅਤੇ ਇਸ ਸਮੇਂ 'ਤੇ ਮੋਰਲ ਡਿਵੈਲਪਮੈਂਟ ਹੀ ਜਿਹੜੀ ਉਹਦੀ ਮੋਰੈਲਿਟੀ 'ਚ ਡਿਵੈਲਪਮੈਂਟ ਹੁੰਦੀ ਆ, ਉਹ ਸੋਸ਼ਲ ਲਾਅ ਅਤੇ ਮੋਰੈਲਿਟੀ ਦੇ ਬੇਸ 'ਤੇ। ਠੀਕ ਹੈ ਜੀ। ਫਿਰ ਉਹ ਅਗਲੀ ਸਟੇਜ 'ਤੇ ਜਾਂਦਾ ਜੀ। ਅਗਲੀ ਸਟੇਜ 'ਤੇ ਕੀ ਆ? ਅਗਲੀ ਸਟੇਜ 'ਤੇ ਕੀ ਆ ਜੀ? ਫਿਰ ਆਉਂਦੀ ਆ ਜੀ ਸਟੇਜ 3, ਜਿਸ ਨੂੰ ਅਸੀਂ ਕਹਿੰਦੇ ਹਾਂ ਪੋਸਟ ਕਨਵੈਨਸ਼ਨਲ ਸਟੇਜ, ਜਿਹੜੀ ਕਿ 14 ਸਾਲ ਤੋਂ ਪਲੱਸ ਆ ਜੀ। ਪੋਸਟ ਕਨਵੈਨਸ਼ਨਲ ਸਟੇਜ, ਪੋਸਟ ਕਨਵੈਨਸ਼ਨਲ ਸਟੇਜ, ਠੀਕ ਆ ਜੀ। ਇਹਦੇ 'ਚ ਸਟੈਪ 5 ਆ ਜੋ, ਉਹ ਕੀ ਆ ਜੀ? ਸੈਲਫ ਮੋਰੈਲਿਟੀ ਜਾਂ ਮੋਰੈਲਿਟੀ ਕੰਸਟਰਕਸ਼ਨ, ਮੋਰੈਲਿਟੀ ਕੰਸਟਰਕਸ਼ਨ ਇਹ ਆ ਜੀ। ਇਸ ਸਟੈਪ 'ਤੇ ਦੇਖੋ ਵੀ ਕੀ ਹੁੰਦਾ। ਹੁਣ ਹੌਲੀ ਹੌਲੀ ਅਸੀਂ ਵਿਕਾਸ ਕਰ ਰਹੇ ਹਾਂ ਆਪਦੀ ਮੋਰੈਲਿਟੀ ਦਾ, ਤਾਂ ਇੱਥੇ ਕੀ ਆ ਜੀ? ਸੈਲਫ ਮੋਰੈਲਿਟੀ। ਹੁਣ ਦੇਖੋ ਤੁਸੀਂ ਜੋ ਮੈਂ ਸਟੇਜ ਦੀ ਗੱਲ ਕਰ ਰਿਹਾ ਸੀ, ਸਟੇਜ 3 ਆ ਗਈ ਇੱਥੇ ਆਪਣੀ। ਇਹ ਸਟੇਜ 3 ਦੇ ਵਿੱਚ ਕੀ ਆ? ਕਨਵੈਨਸ਼ਨਲ ਕੀ ਕਿਹਾ ਸੀ ਮੈਂ ਤੁਹਾਨੂੰ ਕਿ ਸਮਾਜ ਦੁਆਰਾ ਸਥਾਪਿਤ ਜਿਹੜੀ ਮੋਰੈਲਿਟੀ ਆ ਉਹਨੂੰ ਅਸੀਂ ਕਨਵੈਨਸ਼ਨਲ ਕਹਿੰਦੇ ਹਾਂ। ਇੱਥੇ ਅੱਗੇ ਕੀ ਆ ਗਿਆ? ਹੁਣ ਪੋਸਟ ਆ ਗਿਆ। ਪੋਸਟ ਦਾ ਮਤਲਬ ਹੈਗਾ ਕਿ ਜੋ ਸਮਾਜ ਦੁਆਰਾ ਮੋਰੈਲਿਟੀ ਸਥਾਪਿਤ ਕੀਤੀ ਗਈ ਆ, ਜਦੋਂ ਤੁਸੀਂ ਉਹਦੇ ਤੋਂ ਅੱਗੇ ਲੰਘ ਜਾਂਦੇ ਹੋ ਤਾਂ ਉਹਨੂੰ ਅਸੀਂ ਪੋਸਟ ਕਨਵੈਨਸ਼ਨਲ ਸਟੇਜ ਕਹਿੰਦੇ ਹਾਂ। ਅੱਗੇ ਨਾ ਕਿ ਤੁਸੀਂ ਕਰਦੇ ਹੋ ਕਿ ਸਟੈਪ 5 ਦੇ ਵਿੱਚ ਤੁਸੀਂ ਸਮਾਜ ਦੀ ਮੋਰੈਲਿਟੀ ਨੂੰ ਮੰਨਦੇ ਨਹੀਂ, ਤੁਸੀਂ ਖੁਦ ਦੀ ਆਪਦੀ ਮੋਰੈਲਿਟੀ ਬਣਾਉਂਦੇ ਹੋ, ਸੈਲਫ ਮੋਰੈਲਿਟੀ। ਮੋਰੈਲਿਟੀ ਕੰਸਟਰਕਸ਼ਨ ਤੁਸੀਂ ਕੰਸਟਰਕਟ ਕਰਦੇ ਹੋ, ਤੁਸੀਂ ਇਸ ਯੋਗ ਹੋ ਜਾਂਦੇ ਹੋ, ਤੁਸੀਂ ਵਿਕਾਸ ਦੇ ਇਸ ਪੱਧਰ 'ਤੇ ਪਹੁੰਚ ਜਾਂਦੇ ਹੋ ਕਿ ਤੁਸੀਂ ਆਪਦੀ ਮੋਰੈਲਿਟੀ ਆਪ ਬਣਾ ਸਕਦੇ ਹੋ, ਹੈ ਨਾ। ਫੋਰ ਐਗਜ਼ਾਮਪਲ ਜਿਵੇਂ ਆਪਾਂ ਗੱਲ ਕੀਤੀ ਕਿ ਤੁਹਾਨੂੰ ਛੋਟੇ, ਜਦੋਂ ਤੁਸੀਂ ਛੋਟੇ ਸੀ ਪਹਿਲਾਂ ਤੁਹਾਨੂੰ ਮਾਪਿਆਂ ਨੇ ਆਖਿਆ ਕਿ ਘਰੇ ਰਿਸ਼ਤੇਦਾਰ ਆਉਣਗੇ, ਉਹਨਾਂ ਦੇ ਤੁਸੀਂ ਪੈਰੀਂ ਹੱਥ ਲਾਉਣੇ ਆ, ਰਿਸਪੈਕਟ ਸਤਿਕਾਰ ਕਰਨਾ, ਤੁਸੀਂ ਕੀਤਾ ਕਿਉਂਕਿ ਤੁਸੀਂ ਉਹਨਾਂ ਦੀ ਆਗਿਆ ਦਾ ਪਾਲਣ ਕੀਤਾ, ਹੈ ਨਾ ਜੀ। ਫਿਰ ਜਦੋਂ ਅਗਲੇ ਚਲੋ ਸਟੇਜ 'ਤੇ ਗੱਲ ਕਰੀਏ ਕਿ ਸੁਸਾਇਟੀ ਨੇ ਕਿਹਾ ਕਿ ਭਾਈ ਵੱਡਿਆਂ ਦਾ ਸਤਿਕਾਰ ਕਰੋ, ਛੋਟਿਆਂ ਦਾ ਪਿਆਰ ਕਰੋ, ਹੈ ਨਾ, ਤਾਂ ਤੁਸੀਂ ਸੁਸਾਇਟੀ ਦੇ ਮਗਰ ਲੱਗ ਕੇ ਆਪਦੀ ਮੋਰੈਲਿਟੀ ਨਿਸ਼ਚਿਤ ਕਰਤਾ, ਕੀਤਾ ਬਿਲਕੁਲ। ਪਰ ਜਦੋਂ ਤੁਸੀਂ ਇੱਥੇ ਆ ਜਾਂਦੇ ਹੋ, ਇਸ ਜਗ੍ਹਾ 'ਤੇ ਤੁਸੀਂ ਆ ਜਾਂਦੇ ਹੋ, ਜਦੋਂ ਤੁਸੀਂ ਹਾਂਜੀ, ਤਾਂ ਆਪਾਂ ਕੀ ਗੱਲ ਕਰ ਰਹੇ ਸੀ ਕਿ ਜਦੋਂ ਤੁਸੀਂ ਇੱਥੇ ਆ ਜਾਂਦੇ ਹੋ, ਇਸ ਸਟੇਜ 'ਤੇ ਆ ਜਾਂਦੇ ਹੋ, ਤੁਸੀਂ ਪੋਸਟ ਕਨਵੈਨਸ਼ਨਲ ਸਟੇਜ 'ਤੇ ਆ ਜਾਂਦੇ ਹੋ, ਤਾਂ ਇੱਥੇ ਤੁਸੀਂ ਸੈਲਫ ਮੋਰੈਲਿਟੀ ਕਰਦੇ ਹੋ। ਇੱਥੇ ਤੁਸੀਂ ਕੀ ਕਹਿੰਦੇ ਹੋ ਆਪਦੇ ਮਾਪਿਆਂ ਨੂੰ ਕਿ ਜੀ ਠੀਕ ਆ, ਵੱਡਿਆਂ ਦਾ ਸਤਿਕਾਰ, ਛੋਟੇ ਨਾਲ ਪਿਆਰ, ਠੀਕ ਆ, ਪਰ ਇਹ ਤੁਸੀਂ, ਇਹ ਸਮਾਜ ਇਹ ਗੱਲ ਕਹਿੰਦਾ ਹੋਊਗਾ, ਪਰ ਮੈਂ ਤਾਂ ਸਿਰਫ ਉਹਦਾ ਸਤਿਕਾਰ ਕਰੂੰਗਾ ਜੋ ਸਤਿਕਾਰ ਦੇ ਕਾਬਿਲ ਹੈ।
ਵੱਡਿਆਂ ਦੇ ਵਿੱਚ ਵੀ ਕੁਛ ਲੋਕ ਐਸੇ ਨੇ ਜੋ ਸਾਡੇ ਤੋਂ ਉਮਰ ਦੇ ਵੱਡੇ ਨੇ ਪਰ ਉਹ ਸਤਿਕਾਰ ਦੇ ਕਾਬਿਲ ਨਹੀਂ ਹੈਗੇ। ਤੁਸੀਂ ਆਪਾਂ ਅਖਬਾਰਾਂ ਦੇਖਦੇ ਹਾਂ, ਆਪਾਂ ਨਿਊਜ਼ ਦੇਖਦੇ ਹਾਂ, ਡੇਲੀ ਅਸੀਂ ਦੇਖਦੇ ਹਾਂ ਕਿ ਵੱਡੀ ਤੋਂ ਵੱਡੀ ਉਮਰ ਦੇ ਲੋਕ ਕੀ ਕਰ ਰਹੇ ਨੇ, ਤਾਂ ਕੀ ਉਹ ਸਤਿਕਾਰ ਦੇ ਕਾਬਿਲ ਹੈ? ਤਾਂ ਇੱਥੇ ਆ ਕੇ ਤੁਸੀਂ ਕਹਿੰਦੇ ਵੀ ਨਹੀਂ, ਮੈਂ ਖੁਦ ਡਿਸਾਈਡ ਕਰੂੰਗਾ ਕਿ ਮੈਂ ਕਿਹਦਾ ਸਤਿਕਾਰ ਕਰਨਾ ਅਤੇ ਕਿਹਦਾ ਮੈਂ ਨਹੀਂ ਕਰਨਾ। ਇਹ ਤੁਹਾਡੀ ਸੈਲਫ ਮੋਰੈਲਿਟੀ ਹੈ, ਇਹ ਤੁਹਾਡੀ ਸੈਲਫ ਮੋਰੈਲਿਟੀ ਹੈ। ਤੁਸੀਂ ਮੋਰੈਲਿਟੀ ਕੰਸਟਰਕਟ, ਕੰਸਟਰਕਸ਼ਨ ਕੀ ਹੁੰਦਾ ਕਿ ਜਦੋਂ ਅਸੀਂ ਬਣਾਉਂਦੇ ਹਾਂ ਤੁਸੀਂ ਆਪਦੀ ਮੋਰੈਲਿਟੀ ਆਪ ਕੰਸਟਰਕਟ ਕਰਨ ਲੱਗ ਗਏ, ਠੀਕ ਹੈ ਜੀ। ਤੁਸੀਂ ਸਮਾਜ ਦੇ ਵਿੱਚ ਜੋ ਰੂਲਸ ਨੇ, ਜੋ ਲਾਅ ਨੇ, ਉਹਨਾਂ 'ਤੇ ਸਵਾਲੀਆ ਨਿਸ਼ਾਨ ਲਗਾਉਣ ਲੱਗ ਜਾਂਦੇ ਹੋ ਕਿ ਇਹ ਆਈ ਕਿਵੇਂ, ਇਹ ਤਾਂ ਗਲਤ ਆ, ਮੈਂ ਤਾਂ ਆਪਦੀ ਮਰਜ਼ੀ ਨਾਲ ਆਹ ਚੀਜ਼ ਕਰੂੰ ਕਿਉਂਕਿ ਮੈਨੂੰ ਪਤਾ ਮੈਂ ਗਲਤ ਨਹੀਂ ਕਰ ਰਿਹਾ, ਵਗੈਰਾ ਵਗੈਰਾ। ਇਸ ਤਰ੍ਹਾਂ ਦੀਆਂ ਤੁਹਾਡੀਆਂ ਦਲੀਲਾਂ ਹੋ ਜਾਂਦੀਆਂ ਨੇ, ਠੀਕ ਹੈ ਜੀ। ਅਤੇ ਇਸੇ ਦੇ ਵਿੱਚ ਜੋ ਲਾਸਟ ਆ ਸਟੈਪ 6, ਇਹ ਹੁੰਦਾ ਜੀ ਯੂਨੀਵਰਸਲ ਐਥਿਕਸ। ਯੂਨੀਵਰਸਲ ਐਥਿਕਸ ਇੱਥੇ ਕੀ ਹੈ ਜੀ ਕਿ ਤੁਸੀਂ ਸਿਰਫ ਆਪਦੇ ਲਈ ਆਪਦੀ ਮੋਰੈਲਿਟੀ ਕੰਸਟਰਕਟ ਕਰ ਰਹੇ ਹੋ, ਤੁਸੀਂ ਸਿਰਫ ਆਪਦੇ ਲਈ ਆਪਦੀ ਮੋਰੈਲਿਟੀ ਕੰਸਟਰਕਟ ਕਰ ਰਹੇ ਹੋ। ਪਰ ਜਦੋਂ ਤੁਸੀਂ ਸਟੇਜ 6 'ਤੇ, ਜੋ ਮੋਰਲ ਡਿਵੈਲਪਮੈਂਟ ਦੀ ਸਭ ਤੋਂ ਹਾਈਐਸਟ ਸਟੇਜ ਆ, ਉਸ 'ਤੇ ਪਹੁੰਚਦੇ ਹੋ, ਤਾਂ ਤੁਸੀਂ ਯੂਨੀਵਰਸਲ ਐਥਿਕਸ ਨੂੰ ਬਿਲੋਂਗ ਕਰਨ ਲੱਗ ਜਾਂਦੇ। ਮਤਲਬ ਕਿ ਤੁਸੀਂ ਸਮਾਜ ਲਈ, ਲੋਕਾਂ ਲਈ, ਉਹਨਾਂ ਲਈ ਵੀ ਮੋਰੈਲਿਟੀ ਨੂੰ ਚੇਂਜ ਕਰਨ ਲੱਗ ਜਾਂਦੇ, ਤੁਸੀਂ ਉਹਨਾਂ ਨੂੰ ਵੀ ਨਵਾਂ ਰਾਹ ਦਿਖਾਉਣ ਲੱਗ ਜਾਂਦੇ। ਜਿਵੇਂ ਕਿ ਆਪਾਂ ਗੁਰੂ ਨਾਨਕ ਸਾਹਿਬ ਦੀ ਐਗਜ਼ਾਮਪਲ ਲੈ ਸਕਦੇ ਹਾਂ। ਗੁਰੂ ਨਾਨਕ ਦੇਵ ਜੀ ਨੇ ਪਹਿਲੀਆਂ ਸਟੇਜਸ 'ਤੇ ਦੇਖੋ ਕਿ ਉਹਨਾਂ ਦਾ ਸਾਰਾ ਚੱਲਦਾ ਆ, ਤਾਂ ਇੱਥੇ ਆ ਕੇ ਪਹਿਲਾਂ ਜੇ ਆਪਾਂ ਇਸ ਪੁਆਇੰਟ ਆਫ ਵਿਊ 'ਤੇ ਦੇਖੀਏ, ਤਾਂ ਉਹਨਾਂ ਨੇ ਪੰਡਿਤ ਨੂੰ ਕਿਹਾ ਕਿ ਮੈਂ ਜਨੇਊ ਨਹੀਂ ਪਹਿਨਣਾ। ਉਹ ਕੀ ਸੀ? ਉਹਨਾਂ ਨੇ ਆਪਦੀ ਮੋਰੈਲਿਟੀ ਬਣਾ ਰਹੇ ਸੀ। ਉਹ ਜੋ ਸਮਾਜ ਦੇ ਵਿੱਚ ਰੀਤੀ ਰਿਵਾਜ਼ ਸੀ ਕਿ ਸਭ ਨੂੰ ਜਨੇਊ ਪਹਿਨਾਇਆ ਜਾਂਦਾ, ਪਰ ਉਹਨਾਂ ਨੇ ਕਿਹਾ ਕਿ ਮੈਂ ਨਹੀਂ ਪਹਿਨਣਾ। ਇਟ ਮੀਨਸ ਸੈਲਫ ਮੋਰੈਲਿਟੀ ਆ ਉਹ, ਉਹਨਾਂ ਨੇ ਆਪਦੀ ਮੋਰੈਲਿਟੀ ਕੰਸਟਰਕਟ ਕੀਤੀ। ਇਸੇ ਚੀਜ਼ ਨੂੰ ਫਿਰ ਉਹ ਅੱਗੇ ਲੋਕਾਂ 'ਚ ਲੈ ਕੇ ਗਏ ਕਿ ਮੂਰਤੀ ਪੂਜਾ ਦਾ, ਵਹਿਮਾਂ ਭਰਮਾਂ ਦਾ, ਇਹਨਾਂ ਤੋਂ ਸਾਨੂੰ, ਜਾਦੂ ਟੂਣਿਆਂ ਤੋਂ ਸਾਨੂੰ ਦੂਰ ਹੋਣਾ ਚਾਹੀਦਾ ਗਾ, ਇਹਨਾਂ ਦਾ ਕੋਈ ਫਾਇਦਾ ਨਹੀਂ ਹੈ। ਤਾਂ ਉਹ ਯੂਨੀਵਰਸਲ ਐਥਿਕਸ 'ਤੇ ਪਹੁੰਚ ਗਏ, ਉਹ ਲੋਕਾਂ ਦੀ ਭਲਾਈ ਦਾ ਕੰਮ ਕਰਨ ਲੱਗ ਗਏ। ਉਹਨਾਂ ਦੀ ਮੋਰੈਲਿਟੀ ਆ ਜਿਹੜੀ ਉਹ ਪੂਰੀ ਯੂਨੀਵਰਸਲ ਹੋ ਗਈ, ਸਮਾਜ ਲਈ ਹੋ ਗਈ, ਪੂਰੀ ਦੁਨੀਆ ਲਈ ਹੋ ਗਈ। ਤਾਂ ਇਹ ਸਭ ਤੋਂ ਹਾਈਐਸਟ ਸਟੇਜ ਆ ਤੁਹਾਡੀ ਮੋਰੈਲਿਟੀ ਦੀ, ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ 6 ਸਟੈਪ ਨੇ। ਇਹ 6 ਸਟੈਪਸ ਦੇ ਵਿੱਚ ਸਾਨੂੰ ਲੋਰੈਂਸ ਗੋਲਬਰਗ ਨੇ ਦੱਸਿਆ ਕਿ ਤੁਸੀਂ ਮੋਰਲ ਤੌਰ 'ਤੇ ਡਿਵੈਲਪ ਕਿਵੇਂ ਹੁੰਦੇ ਹੋ, ਠੀਕ ਹੈ ਜੀ। ਤਾਂ ਚਲੋ ਇੱਕ ਵਾਰੀ ਆਪਾਂ ਇਹਨੂੰ ਫਿਰ ਤੋਂ, ਦੁਬਾਰੇ ਤੋਂ ਇਹਦਾ ਆਪਾਂ ਇਹਨੂੰ ਰਿਵਾਈਜ਼ ਕਰਦੇ ਹਾਂ, ਅਤੇ ਫਿਰ ਐਂਡ 'ਤੇ ਇਹਦੇ 'ਚ ਜਿਹੜੀਆਂ ਕੁਛ ਕੁ ਟਰਮਸ ਨੇ ਆਪਾਂ ਉਹਨਾਂ ਦੀ ਗੱਲ ਕਰਾਂਗੇ। ਜਿਵੇਂ ਕਿ ਦੇਖੋ 3 ਸਟੇਜਸ ਦਿੱਤੀਆਂ ਨੇ, ਹੈ ਨਾ। ਸਟੇਜ 1 ਆ ਜੋ ਉਹ ਹੈ ਪ੍ਰੀ ਕਨਵੈਂਸ਼ਨਲ ਸਟੇਜ। ਇਹਦੇ 2 ਪਾਰਟ ਨੇ ਜੀ, ਸਟੈਪ 1 ਅਤੇ ਸਟੈਪ 2। ਫਿਰ ਦੂਸਰੇ ਨੰਬਰ 'ਤੇ ਹੈ ਜੀ ਕਨਵੈਂਸ਼ਨਲ ਸਟੇਜ, ਇਹ 4-10 ਸਾਲ ਦੀ ਸਟੇਜ ਆ, ਇਹ 10-14 ਸਾਲ ਦੀ ਸਟੇਜ ਆ, ਹੈ ਨਾ। ਇਹਦੇ 'ਚ 20 ਸਟੈਪ 3 ਅਤੇ ਸਟੈਪ 4 ਨੇ। ਫਿਰ ਹੈ ਜੀ ਪੋਸਟ ਕਨਵੈਂਸ਼ਨਲ ਸਟੇਜ, ਜਿਹੜੀ ਕਿ 14 ਸਾਲ ਪਲੱਸ ਦੀ ਸਟੇਜ ਆ। ਤਾਂ ਰਿਵਾਈਜ਼ ਕਰਨ ਦੇ ਪੁਆਇੰਟ ਆਫ ਵਿਊ ਤੋਂ ਆਪਾਂ ਕੀ ਦੇਖਾਂਗੇ ਕਿ ਜਿਹੜਾ ਸਟੈਪ 1 ਆ, ਜਦੋਂ ਸਟੈਪ 1 'ਚ ਕੀ ਆ ਕਿ ਇਹ ਬਿਲਕੁਲ ਬੇਸਿਕ ਪਹਿਲੀ ਸਟੇਜ ਆ ਤੁਹਾਡੀ ਮੋਰੈਲਿਟੀ ਦੀ। ਜਦੋਂ ਤੁਹਾਡੀ ਮੋਰੈਲਿਟੀ ਆ ਜਿਹੜੀ ਸਿਰਫ ਕਿਸੇ ਦੀ ਤੁਸੀਂ ਆਗਿਆ ਪਾਲਣ ਕਰ ਰਹੇ ਹੋ, ਜਾਂ ਉਹਦੇ ਦੁਆਰਾ ਸਜ਼ਾ ਦਿੱਤੇ ਜਾਣ ਤੋਂ ਡਰ ਕੇ ਹੀ ਤੁਸੀਂ ਮੋਰਲ ਐਕਟੀਵਿਟੀਜ਼ ਕਰ ਰਹੇ ਹੋ, ਤੁਹਾਡੀ ਆਪਦੀ ਮੋਰੈਲਿਟੀ ਕੋਈ ਨਹੀਂ ਹੁੰਦੀ। ਇੱਥੇ ਗੱਲ ਕਰੋਗੇ ਜੀ ਤੁਸੀਂ, ਜਾਂ ਤਾਂ ਤੁਸੀਂ ਇਨਾਮ ਪ੍ਰਾਪਤੀ ਲਈ ਕੁਛ ਅੱਛਾ ਕੰਮ ਕਰ ਰਹੇ ਹੋ, ਮੋਰਲ ਐਕਟੀਵਿਟੀ ਕਰ ਰਹੇ ਹੋ, ਹੈ ਨਾ, ਇਨਾਮ ਪ੍ਰਾਪਤੀ ਲਈ, ਜਾਂ ਫਿਰ ਟਿੱਟ ਫੋਰ ਟੈਟ ਲਈ ਕਰ ਰਹੇ ਹੋ। ਮਤਲਬ ਕਿ ਤੁਸੀਂ ਅਦਲੇ ਦਾ ਬਦਲਾ ਕਰ ਰਹੇ ਹੋ, ਜਾਂ ਫਿਰ ਇਨਾਮ ਪ੍ਰਾਪਤੀ ਦੀ ਲਾਲਚ ਦੇ ਵਿੱਚ ਆ ਕੇ ਕੋਈ ਚੰਗਾ ਕੰਮ ਕਰ ਰਹੇ ਹੋ, ਪਰ ਤੁਹਾਡੀ ਆਪਦੀ ਮੋਰੈਲਿਟੀ ਨਹੀਂ ਹੈਗੀ। ਕਨਵੈਂਸ਼ਨਲ ਸਟੇਜ 'ਤੇ ਜਦੋਂ ਤੁਸੀਂ ਆਉਂਦੇ ਹੋ, ਸਟੈਪ ਨੰਬਰ 3 'ਤੇ ਆਉਂਦੇ ਹੋ, ਗੁੱਡ ਬੋਆਏ ਬੈਡ ਬੋਆਏ, ਸਮਾਜ ਦੁਆਰਾ ਜੋ ਇਮੇਜ ਸੈੱਟ ਕੀਤੀ ਗਈ ਹੈ ਕਿ ਚੰਗਾ ਲੜਕਾ ਹੁੰਦਾ, ਬੁਰਾ ਲੜਕਾ ਹੁੰਦਾ, ਇਹੀ ਤੁਹਾਡੀ ਮੋਰੈਲਿਟੀ ਨੂੰ ਨਿਸ਼ਚਿਤ ਕਰਦਾ। ਤੁਸੀਂ ਚੰਗਾ ਹੀ ਬਣਨ ਦੀ ਕੋਸ਼ਿਸ਼ ਕਰਦੇ ਹੋ, ਕਮਰੇ ਦੇ ਵਿੱਚ ਆਪਦੇ ਵਿੱਚ ਭਾਵੇਂ ਕੁਛ ਵੀ ਕਰ ਰਹੇ ਹੋ, ਪਰ ਬਾਹਰ ਆ ਕੇ ਤੁਸੀਂ ਅੱਛਾ ਮੋਰੈਲਿਟੀ, ਅੱਛੀ ਨੈਤਿਕਤਾ ਦਿਖਾਉਂਦੇ ਹੋ, ਕਿਉਂਕਿ ਤੁਸੀਂ ਸਮਾਜ ਦੇ ਵਿੱਚ ਜੋ ਅੱਛੇ ਲੜਕੇ ਦੀ ਇਮੇਜ ਆ ਉਸੇ 'ਚ ਆਪਦੇ ਆਪ ਨੂੰ ਫਿੱਟ ਕਰਨਾ ਚਾਹੁੰਦੇ ਹੋ, ਠੀਕ ਹੈ ਜੀ। ਇੱਥੋਂ 4 ਸਟੈਪ ਕੀ ਕਹਿੰਦਾ, ਸੋਸ਼ਲ ਲਾਅ। ਤੁਸੀਂ ਹੁਣ ਵੱਡੇ ਹੋ ਗਏ ਹੋ, ਸਮਾਜ ਦੇ
ਜੋ ਰੀਤੀ ਰਿਵਾਜ ਨੇ ਲਾਜ ਨੇ ਉਹਨਾਂ ਨੂੰ ਤੁਸੀਂ ਸਮਝਣ ਲੱਗ ਜਾਂਦੇ ਤੇ ਆਪਦੇ ਆਪ ਤੁਸੀਂ ਉਹਨਾਂ ਦੇ ਪੁਆਇੰਟ ਆਫ ਵਿਊ ਤੋਂ ਹੀ ਆਪਦੇ ਆਪ ਨੂੰ ਜਿਹੜਾ ਹੈਗਾ ਤੁਸੀਂ ਸੈੱਟ ਕਰਦੇ ਹੋ ਤੇ ਉਹਨਾਂ ਦੇ ਵਿੱਚ ਵਿੱਚ ਰਹਿ ਕੇ ਤੁਸੀਂ ਜ਼ਿੰਦਗੀ ਜਾਉਂਦੇ ਹੋ। ਅੱਜ ਇਹ ਵੀ ਤੁਹਾਡੀ ਆਪਦੀ ਜਿਹੜੀ ਹੈਗੀ ਇੱਥੇ ਇਸ ਲੈਵਲ 'ਤੇ ਸੁਸਾਇਟੀ ਤੁਹਾਡੀ ਮੋਰੈਲਿਟੀ ਨੂੰ ਅਫੈਕਟ ਕਰ ਰਹੀ ਆ, ਇਸ ਲੈਵਲ 'ਤੇ ਤੁਹਾਡੇ ਵੱਡੇ ਤੁਹਾਡੀ ਮੋਰੈਲਿਟੀ ਨੂੰ ਅਫੈਕਟ ਕਰ ਰਹੇ ਨੇ। ਫਿਰ ਜੋ ਤੀਸਰਾ ਪੋਸਟ ਕਨਵੈਨਸ਼ਨਲ ਸਟੇਜ ਆ ਜੀ, ਇਹਦੇ 'ਚ ਵੀ ਦੋ ਸਟੈਪ ਨੇ। ਇੱਕ ਸਟੈਪ ਆਉਂਦਾ ਜੀ ਜਿਹਨੂੰ ਅਸੀਂ ਸਟੈਪ ਨੰਬਰ 5 ਕਹਿੰਦੇ ਹਾਂ, ਇੱਥੇ ਹੈ ਕਿ ਜੀ ਸੈਲਫ ਮੋਰੈਲਿਟੀ, ਸੈਲਫ ਕੰਸਟਰਕਸ਼ਨ। ਥੋੜ੍ਹੀ ਤੁਸੀਂ ਤਰੱਕੀ ਕਰਦੇ ਹੋ, ਤੁਸੀਂ ਹੁਣ ਆਪਦੇ ਲਈ ਆਪਦੀ ਮੋਰੈਲਿਟੀ ਬਣਾਉਣ ਲੱਗ ਗਏ। ਤੁਸੀਂ ਕਹਿੰਦੇ ਮੈਨੂੰ ਸਮਾਜ ਨਾਲ ਕੋਈ ਉਹ ਨਹੀਂ ਆਇਆ, ਆਹ ਚੀਜ਼ ਮੈਨੂੰ ਸਮਾਜ ਦੀ ਗਲਤ ਲੱਗਦੀ ਹੈ, ਤਾਂ ਇਹਦੀ ਜਗ੍ਹਾ 'ਤੇ ਮੈਂ ਐਂ ਕਰੂੰਗਾ। ਇਹ ਸਹੀ ਆ, ਕੁਛ ਚੀਜ਼ਾਂ ਸਮਾਜ ਦੀਆਂ, ਬਹੁਤ ਸਾਰੀਆਂ ਚੀਜ਼ਾਂ ਤੁਸੀਂ ਅਸੈਪਟ ਵੀ ਕਰਦੇ ਹੋ ਕਿਉਂਕਿ ਤੁਹਾਨੂੰ ਉਹ ਠੀਕ ਲੱਗਦੀਆਂ। ਇਹ ਤੁਹਾਡੇ ਆਪਦੇ ਦਿਮਾਗ 'ਤੇ ਡਿਪੈਂਡ ਹੋਣ ਲੱਗ ਜਾਂਦਾ। ਅਤੇ ਸਟੈਪ 6 ਆ ਜੋ, ਇਹ ਸਭ ਤੋਂ ਹਾਈਐਸਟ ਸਟੈਪ ਆ ਜਿਸਨੂੰ ਅਸੀਂ ਯੂਨੀਵਰਸਲ ਐਥਿਕ ਕਹਿੰਦੇ ਹਾਂ। ਇੱਥੇ ਆ ਕੇ ਤੁਸੀਂ ਸਿਰਫ ਆਪਦੇ ਲਈ ਨਹੀਂ ਸੋਚਦੇ, ਤੁਸੀਂ ਸਮਾਜ ਲਈ, ਤੁਸੀਂ ਪੂਰੀ ਦੁਨੀਆ ਲਈ ਸੋਚਦੇ ਹੋ ਕਿ ਆਹ ਚੀਜ਼ ਸਮਾਜ 'ਚ ਗਲਤ ਸਥਾਪਿਤ ਹੋਈ ਹੈ, ਇਹਨੂੰ ਮੈਂ ਸਹੀ ਕਰੂੰਗਾ। ਜੋ ਸਾਡੇ ਮਹਾਨ ਲੋਕ ਕੋਈ ਨੇ, ਗੁਰੂ ਨਾਨਕ ਸਾਹਿਬ ਦੀ ਗੱਲ ਕਰ ਲਓ, ਤੁਸੀਂ ਮਹਾਤਮਾ ਬੁੱਧ ਦੀ ਗੱਲ ਕਰ ਲਓ, ਜੈਨ ਦੀ ਗੱਲ ਕਰ ਲਓ, ਇਹ ਲੋਕ ਨੇ ਸਾਰੇ, ਇਹਨਾਂ ਨੇ ਇਹ ਯੂਨੀਵਰਸਲ ਐਥਿਕ ਨਾਲ ਰਿਲੇਟ ਮੋਰੈਲਿਟੀ ਕਰਦੀ ਸੀ ਅਤੇ ਦੁਨੀਆ ਨੂੰ ਇਹਨਾਂ ਨੇ ਸਿੱਧੇ ਰਾਹ ਪਾਇਆ। ਇੱਥੋਂ ਤੱਕ ਆਈ ਥਿੰਕ ਸਾਰਿਆਂ ਦਾ ਕਲੀਅਰ ਹੋਊਗਾ ਜੀ, ਸਾਰਿਆਂ ਨੂੰ ਇੱਥੋਂ ਤੱਕ ਸਮਝ ਆ ਗਿਆ ਹੋਊਗਾ। ਇਸ ਤੋਂ ਆਪਾਂ ਅੱਗੇ ਚੱਲਦੇ ਹਾਂ ਜੀ। ਹਾਂਜੀ ਬਾਈ, ਤਾਂ ਇੱਥੋਂ ਤੱਕ ਇਹ ਬੇਸਿਕਲੀ ਤੁਸੀਂ ਸਮਝ ਗਏ ਹੋਵੋਗੇ ਕਿ ਮੋਰਲ ਡਿਵੈਲਪਮੈਂਟ ਕਿਸ ਤਰ੍ਹਾਂ ਹੁੰਦੀ ਹੈ ਇਨਸਾਨ। ਚਲੋ ਜੀ, ਦੋ ਟਰਮਸ ਨੇ ਲਾਈਕ, ਇੱਕ ਤਾਂ ਮੋਰਲ ਰੀਅਲਿਜ਼ਮ, ਮੋਰਲ ਕੋਆਪਰੇਸ਼ਨ। ਮੋਰਲ ਰੀਅਲਿਜ਼ਮ ਕੀ ਹੁੰਦਾ ਜੀ? ਸੋਸਾਇਟੀ ਦੁਆਰਾ ਸਥਾਪਿਤ ਜੋ ਨੈਤਿਕਤਾ, ਜਦੋਂ ਤੁਸੀਂ ਉਹਨੂੰ ਹੂ ਬੂ ਉਸੇ ਤਰੀਕੇ ਨਾਲ ਹੀ ਮੰਨ ਲੈਂਦੇ ਹੋ, ਤੁਸੀਂ ਸੈਲਫ ਕੰਸਟਰਕਸ਼ਨ ਨਹੀਂ ਕਰਦੇ, ਤਾਂ ਮੋਰਲ ਰੀਅਲਿਜ਼ਮ ਆ। ਸੋਸਾਇਟੀ ਦੁਆਰਾ ਸਥਾਪਿਤ ਜੋ ਨੈਤਿਕਤਾ, ਤੁਸੀਂ ਉਹਨੂੰ ਉਸੇ ਤਰੀਕੇ ਨਾਲ ਹੀ ਮੰਨ ਲੈਂਦੇ ਹੋ, ਪਰ ਤੁਸੀਂ ਉਹਨੂੰ ਕੋਈ ਹਿਲਜੁਲ, ਕੋਈ ਉਹਨੂੰ ਚੇਂਜ ਨਹੀਂ ਕਰਦੇ, ਤਾਂ ਮੋਰਲ ਰੀਅਲਿਜ਼ਮ ਆ। ਮੋਰਲ ਕੋਆਪਰੇਸ਼ਨ ਕੀ ਆ? ਕਿ ਜਦੋਂ ਤੁਸੀਂ ਸਮਾਜ ਦੁਆਰਾ ਸਥਾਪਿਤ ਨੈਤਿਕਤਾ ਦੇ ਵਿੱਚ ਬਦਲ ਲੈ ਕੇ ਆਉਂਦੇ ਹੋ, ਚੇਂਜ ਕਰਦੇ, ਉਹਨੂੰ ਬਦਲਦੇ ਹੋ, ਤਾਂ ਉਹਨੂੰ ਅਸੀਂ ਮੋਰਲ ਕੋਆਪਰੇਸ਼ਨ ਬੋਲਦੇ ਹਾਂ ਜੀ। ਬਹੁਤ ਸਾਰੇ ਰੂਲ ਐਂਡ ਰੈਗੂਲੇਸ਼ਨ ਪੁਰਾਣੇ ਹੋ ਜਾਂਦੇ ਆ, ਸਮਾਂ ਬਦਲਦਾ, ਉਹਦੇ ਨਾਲ ਮੋਰੈਲਿਟੀ ਵੀ ਬਦਲਦੀ ਆ, ਤਾਂ ਇਹਨੂੰ ਅਸੀਂ ਮੋਰਲ ਕੋਆਪਰੇਸ਼ਨ ਬੋਲਦੇ ਹਾਂ। ਇੱਕ ਆਪਾਂ ਗੱਲ ਕੀਤੀ ਸੀ ਕਿ ਮੋਰਲ ਰੀਅਲਿਜ਼ਮ ਰੀਜ਼ਨਿੰਗ ਕੀ ਹੈ ਜੀ? ਮੋਰਲ ਰੀਜ਼ਨਿੰਗ ਕੀ ਆ? ਕਿ ਉਹ ਤਰਕ, ਨੈਤਿਕਤਾ ਨੂੰ ਲੈ ਕੇ ਉਹ ਤਰਕ ਜਿਸ ਦੇ ਆਧਾਰ 'ਤੇ ਤੁਸੀਂ ਫੈਸਲੇ ਕਰਦੇ ਹੋ, ਉਹ ਮੋਰਲ ਰੀਅਲਿਜ਼ਮ। ਨੈਤਿਕਤਾ ਨੂੰ ਲੈ ਕੇ ਉਹ ਤਰਕ ਜਿਸ ਦੇ ਆਧਾਰ 'ਤੇ ਤੁਸੀਂ ਫੈਸਲੇ ਕਰਦੇ ਹੋ, ਉਹਨੂੰ ਮੋਰਲ ਰੀਜ਼ਨਿੰਗ ਕਿਹਾ ਜਾਂਦਾ, ਠੀਕ ਹੈ ਜੀ। ਅੱਗੇ ਜੀ, ਕ੍ਰਿਟੀਸਿਜ਼ਮ ਕੀ ਆ ਵੀ? ਇਹਦਾ ਆਲੋਚਨਾ ਕੀ ਹੋਈ ਹੈ ਜੀ? ਆਲੋਚਨਾ, ਤਾਂ ਆਲੋਚਨਾ ਤਾਂ ਇਹਦੀ ਬਹੁਤ ਇੰਪੋਰਟੈਂਟ ਪੁਆਇੰਟ ਆਫ ਵਿਊ ਤੋਂ ਹੋਈ ਹੈ ਜੀ। ਇੱਕ ਤਾਂ ਤੁਸੀਂ ਪੀਐਸ ਟੈਟ 'ਚ ਵੀ ਇੱਕ ਨਾਮ ਸੁਣਿਆ ਹੋ, ਗਿਲੀਗਨ। ਗਿਲੀਗਨ ਨੇ ਲੋਰੈਂਸ ਕੋਲਬਰਗ ਦੀ ਇਸ ਥਿਊਰੀ ਨੂੰ ਕ੍ਰਿਟੀਸਾਈਜ਼ ਕੀਤਾ ਜੀ, ਠੀਕ ਹੈ ਜੀ। ਕਾਹਦੇ ਬੇਸ 'ਤੇ ਕੀਤਾ? ਗਿਲੀਗਨ ਜੈਂਡਰ ਬਾਇਸਡ ਆ ਜੀ ਕਹਿੰਦੇ, ਇਹ ਥਿਊਰੀ ਲਿੰਗਕ ਪੱਖਪਾਤਤਾ ਇਸ ਥਿਊਰੀ ਦੇ ਵਿੱਚੋਂ ਝਲਕਦੀ ਆ, ਇਹਦੇ ਤਰਕ ਹੈ ਬਿਲਕੁਲ, ਠੀਕ ਹੈ ਜੀ। ਇਸ ਗਿਲੀਗਨ ਨਾਲ ਸੰਬੰਧਿਤ ਇੱਕ ਟਰਮ ਆ ਕਿ ਲੁੱਕ ਆਫਟਰ ਮੋਰੈਲਿਟੀ, ਲੁੱਕ ਆਫਟਰ ਮੋਰੈਲਿਟੀ। ਤਾਂ ਗਿਲੀਗਨ ਨੇ ਇੱਥੇ ਕੀ ਕਿਹਾ ਕਿ ਇਹ ਜੋ ਥੀਰੀ ਆ, ਇਹ ਪੂਰੇ ਤਰੀਕੇ ਨਾਲ ਲਿੰਗਕ ਪੱਖਪਾਤਾਂ ਨੂੰ ਦਰਸਾਉਂਦੀ ਆ। ਮਤਲਬ ਕਿ ਸਿਰਫ ਮਰਦਾਂ, ਲੜਕਿਆਂ, ਮੇਲਸ ਅਤੇ ਮੇਲਸ ਬਾਇਸਡ ਥੀਰੀ ਆ। ਇਸ ਥਿਊਰੀ ਦੇ ਵਿੱਚ ਕਿਤੇ ਵੀ ਲੜਕੀਆਂ ਦੀ ਗੱਲ ਨਹੀਂ ਕੀਤੀ। ਜੋ ਡਾਇਲਮਾਸ ਬਣਾਏ ਨੇ, ਜੋ ਐਕਸਪੈਰੀਮੈਂਟਸ ਕੋਲਬਰਗ ਨੇ ਕੀਤੇ ਨੇ, ਉਹ ਸਾਰੇ ਦੇ ਸਾਰੇ ਲੜਕਿਆਂ 'ਤੇ ਬੇਸਡ ਨੇ, ਠੀਕ ਹੈ ਜੀ। ਤਾਂ ਇਹ ਕਿਤੇ ਨਾ ਕਿਤੇ ਇਹ ਇਸ ਗੱਲ ਨੂੰ ਲੈ ਕੇ ਗਿਲੀਗਨ ਨੇ ਇਹਨੂੰ ਕ੍ਰਿਟੀਸਾਈਜ਼ ਕੀਤਾ। ਫਿਰ ਤੁਸੀਂ ਦੇਖੋਗੇ ਕਿ ਇਮੈਜੀਨੇਸ਼ਨ, ਇਸ ਥਿਊਰੀ ਦੇ ਵਿੱਚ ਜੋ ਐਕਸਪੈਰੀਮੈਂਟ ਕੀਤੇ ਗਏ ਨਾ, ਬੇਸਿਕਲੀ ਡਾਇਲਮਾਸ ਬਣਾਏ ਗਏ ਨੇ। ਹੁਣ ਤੁਸੀਂ ਦੇਖੋ ਕਿ ਮੈਂ ਤੁਹਾਨੂੰ ਕਹਿ ਤਾਂ ਰਿਹਾ ਕਿ ਇੱਕ ਕਿਸ਼ਤੀ ਦੇ ਵਿੱਚ ਤੁਸੀਂ 3 ਜਾਣੇ ਹੋ, ਤੁਹਾਡੇ ਸਾਥੀ ਦੋ ਡੁੱਬ ਗਏ, ਉਹਨਾਂ ਨੂੰ ਤੈਰਨਾ ਨਹੀਂ ਆਉਂਦਾ, ਅਤੇ ਤੁਸੀਂ ਉਹਨਾਂ 'ਚੋਂ ਕਿਹਨੂੰ ਬਚਾਓਗੇ, ਠੀਕ ਹੈ ਜੀ। ਇਹ ਮੈਂ ਤੁਹਾਨੂੰ ਇੱਕ ਡਾਇਲਮਾ ਕ੍ਰੀਏਟ ਕਰਕੇ ਤਾਂ ਦੇਤਾ, ਚਲੋ ਤੁਸੀਂ ਉਹਦੇ 'ਚੋਂ ਆਪਦੀ ਰੀਜ਼ਨਿੰਗ ਦੇ ਬੇਸ 'ਤੇ ਕਿਤੇ ਨਾ ਕਿਤੇ ਤੁਸੀਂ ਕੋਈ ਮੈਨੂੰ ਆਂਸਰ ਵੀ ਦੇ ਦਿਓਗੇ, ਪਰ ਕੀ ਐਕਚੁਅਲ ਵਿੱਚ ਇਸ ਤਰ੍ਹਾਂ ਹੁੰਦਾ? ਕੀ ਇਸ ਤਰ੍ਹਾਂ ਦੇ ਐਕਸਪੈਰੀਮੈਂਟਸ ਜਾਂ
ਜਿਹੜੇ ਹੈਗੇ ਆ ਤਜਰਬੇ ਉਹ ਕੀਤੇ ਜਾ ਸਕਦੇ ਆ ਜਾਂ ਹੋ ਸਕਦੇ ਆ ਤਾਂ ਨਹੀਂ ਹੋ ਸਕਦੇ। ਤਾਂ ਇਹ ਥੀਰੀ ਪੂਰੇ ਤਰੀਕੇ ਨਾਲ ਇਮੈਜੀਨੇਸ਼ਨ ਬੇਸਡ ਹੈ, ਕਲਪਨਾ ਦੇ ਆਧਾਰ 'ਤੇ ਆ। ਕਲਪਨਾ ਦੇ ਆਧਾਰ 'ਤੇ ਤੁਸੀਂ ਐਕਚੁਅਲ ਦੇ ਵਿੱਚ ਜੋ ਐਕਚੁਅਲ ਜ਼ਿੰਦਗੀ ਉਹਦੇ ਵਿੱਚ ਤੁਸੀਂ ਕਿਸ ਤਰੀਕੇ ਨਾਲ ਜਿਹੜਾ ਹੈਗਾ ਇਹਨੂੰ ਪ੍ਰੈਕਟੀਕਲੀ ਲੈ ਕੇ ਆਉਂਗੇ, ਇਸ ਗੱਲ ਕਰਕੇ ਵੀ ਇਹ ਜਿਹੜੇ ਹੈਗੇ ਆ ਕਿਤੇ ਨਾ ਕਿਤੇ ਇਹਨੂੰ ਤੁਸੀਂ ਕਹਿ ਸਕਦੇ ਹੋ ਕਿ ਕ੍ਰਿਟੀਸਾਈਜ਼ ਕੀਤਾ ਗਿਆ ਜੀ। ਫਿਰ ਅੱਗੇ ਜੀ ਇਸ ਥੀਰੀ ਦੇ ਵਿੱਚ ਹਾਲਾਂਕਿ ਇਹ ਗੱਲ ਕਹੀ ਗਈ ਹੈ ਕਿ ਕਲਚਰ ਦੇ ਬੇਸ 'ਤੇ ਵੀ ਇਹਨੂੰ ਕ੍ਰਿਟੀਸਾਈਜ਼ ਕੀਤਾ ਗਿਆ ਕਿ ਕਲਚਰ ਦੀ ਕੋਈ ਇੰਪੋਰਟੈਂਸ ਨਹੀਂ ਦਿਖਾਈ। ਮੋਰੈਲਿਟੀ ਮੋਰੈਲਿਟੀ ਤਾਂ ਬੇਸਿਕਲੀ ਹੈ ਹੀ ਕਲਚਰ ਬੇਸਡ, ਆਪਾਂ ਕਹਿੰਦੇ ਹਾਂ ਕਿ ਆਹ ਤਾਂ ਸਾਡਾ ਕਲਚਰ ਹੈ, ਇਹ ਚੀਜ਼ ਅਸੀਂ ਕਰਦੇ ਹਾਂ, ਤਾਂ ਕਲਚਰ ਦੀ ਇੰਪੋਰਟੈਂਸ ਇਹਦੇ 'ਚ ਕਿਤੇ ਨਹੀਂ ਦਿਖਾਈ ਗਈ। ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਜਿਵੇਂ ਜੈਂਡਰ ਸਿਸਟਮ ਦੀ ਗੱਲ ਕਰਦੇ ਆ ਜਾਂ ਐਕਸਪੈਰੀਮੈਂਟਸ ਆ ਜਿਹੜੇ ਮੇਲ ਬੇਸਡ ਨੇ, ਇਸ ਤਰ੍ਹਾਂ ਦੀਆਂ ਕਈ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਬੇਸ 'ਤੇ ਇਸ ਥੀਰੀ ਨੂੰ ਕ੍ਰਿਟੀਸਾਈਜ਼ ਕੀਤਾ ਜਾਂਦਾ ਗਾ। ਤਾਂ ਅੰਤ 'ਤੇ ਆਪਾਂ ਕੀ ਗੱਲ ਕਰਦੇ ਹਾਂ, ਅੰਤ 'ਤੇ ਇਹ ਗੱਲ ਆ ਜੀ ਕਿ ਥੀਰੀ ਆਫ ਮੋਰਲ ਡਿਵੈਲਪਮੈਂਟ ਆ ਜੋ ਉਹ ਲੋਰੈਂਸ ਗੋਲਬਰਗ ਦੀ ਥੀਰੀ ਆ, ਇਸ ਥੀਰੀ ਦੇ ਵਿੱਚ ਉਹਨੇ ਬੜੇ ਸਾਰੇ ਡਾਇਲਮਾਸ ਕ੍ਰੀਏਟ ਕੀਤੇ ਅਤੇ ਲੋਕਾਂ ਨੂੰ ਚਿੱਠੀਆਂ ਰਾਹੀਂ ਭੇਜੇ ਕਿ ਲੋਕਾਂ ਤੋਂ ਜਵਾਬ ਲਏ ਉਹਨੇ ਕਿ ਉਹਨਾਂ ਦੀ ਨੈਤਿਕਤਾ ਚੈੱਕ ਕੀਤੀ ਜਾਵੇ। ਉਸੇ ਐਕਸਪੈਰੀਮੈਂਟਸ ਦੇ ਬੇਸ 'ਤੇ ਹੀ ਇਹਨੇ ਮੋਰਲ ਡਿਵੈਲਪਮੈਂਟ ਦੀ ਥੀਰੀ ਦਿੱਤੀ। ਜੋ ਹਿੰਸ ਡਾਇਲਮ ਆ ਉਹ ਇਹਦਾ ਮਸ਼ਹੂਰ ਡਾਇਲਮ ਆ। ਮੋਰਲ ਡਿਵੈਲਪਮੈਂਟ ਦੇ ਵਿੱਚ ਕੋਲਬਰਗ ਕੀ ਕਹਿੰਦਾ ਕਿ ਜੀ ਤਿੰਨ ਸਟੇਜਸ ਨੇ ਮੋਰੈਲਿਟੀ ਦੀਆਂ, ਇੱਕ ਪ੍ਰੀ ਕਨਵੈਨਸ਼ਨਲ, ਇੱਕ ਕਨਵੈਨਸ਼ਨਲ ਸਟੇਜ ਅਤੇ ਇੱਕ ਪੋਸਟ ਕਨਵੈਨਸ਼ਨਲ ਸਟੇਜ। ਤਿੰਨਾਂ ਸਟੇਜਸ ਦੇ ਵਿੱਚ ਦੋ ਦੋ ਸਟੈਪ ਨੇ ਅਤੇ ਉਹਨਾਂ ਸਟੈਪਸ ਦੇ ਥਰੂ ਸਾਨੂੰ ਲੋਰੈਂਸ ਕੋਲਬਰਗ ਦੱਸਦਾ ਕਿ ਇਨਸਾਨ ਦੀ ਮੋਰੈਲਿਟੀ ਦਾ ਵਿਕਾਸ ਕਿਸ ਤਰੀਕੇ ਨਾਲ ਹੁੰਦਾ ਗਾ। ਆਸ ਆ ਤੁਸੀਂ ਇਸ ਥੀਰੀ ਨੂੰ ਸਮਝ ਚੁੱਕੇ ਹੋਵੋਗੇ, ਪੜ੍ਹ ਚੁੱਕੇ ਹੋਵੋਗੇ, ਅਤੇ ਜਦੋਂ ਤੁਸੀਂ ਬੱਚਿਆਂ ਨੂੰ ਨੈਤਿਕਤਾ ਸਿਖਾਉਣੀ ਆਪਦੀਆਂ ਕਲਾਸਾਂ ਦੇ ਵਿੱਚ ਜਾ ਕੇ, ਕੱਲ੍ਹ ਤੁਸੀਂ ਟੀਚਰ ਬਣਨਾ, ਤਾਂ ਤੁਹਾਨੂੰ ਇਹ ਥੀਰੀ ਇੱਕ ਇੰਪੋਰਟੈਂਟ ਰੋਲ ਪਲੇ ਕਰੂਗੀ ਉਹਨਾਂ ਨੂੰ ਨੈਤਿਕਤਾ ਸਿਖਾਉਣ ਦੇ ਵਿੱਚ। ਕਿਉਂਕਿ ਤੁਸੀਂ ਜਾਣੋਗੇ ਕਿ ਬੱਚਾ ਜੇ 8 ਤੋਂ 10 ਸਾਲ ਦਾ ਜਾਂ 4 ਤੋਂ 10 ਸਾਲ ਦੇ ਵਿੱਚ ਆ, ਤਾਂ ਤੁਸੀਂ ਜਾਣੋਗੇ ਕਿ ਬੱਚਾ ਜਾਂ ਤਾਂ ਤੁਹਾਡੀ ਆਗਿਆ ਦਾ ਪਾਲਣ ਕਰ ਰਿਹਾ ਜਾਂ ਪਨਿਸ਼ਮੈਂਟ ਦੇ ਡਰ ਤੋਂ ਮੋਰੈਲਿਟੀ ਕਰ ਰਿਹਾ ਹੈ ਨਾ। ਤੁਸੀਂ ਇਹ ਚੀਜ਼ਾਂ ਤੁਹਾਨੂੰ ਦੱਸਣਗੀਆਂ ਕਿ ਤੁਸੀਂ ਬੱਚਿਆਂ ਦੇ ਵਿੱਚ ਉਹ ਮੋਰੈਲਿਟੀ ਨੂੰ ਕਿਸ ਤਰੀਕੇ ਨਾਲ ਪੈਦਾ ਕਰਨਾ, ਉਹਨਾਂ 'ਚ ਡਿਵੈਲਪਮੈਂਟ ਲੈ ਕੇ ਆਉਣੀ। ਸੋ ਆਈ ਹੋਪ ਤੁਸੀਂ ਸਮਝ ਗਏ ਹੋਵੋਗੇ ਇਸ ਥੀਰੀ ਨੂੰ। ਫਿਰ ਅਗਲੇ ਦਿਨ ਅਗਲੇ ਨਵੇਂ ਲੈਕਚਰ ਦੇ ਨਾਲ ਆਪਾਂ ਮਿਲਦੇ ਹਾਂ ਜੀ। ਸ਼ੁਕਰੀਆ, ਥੈਂਕ ਯੂ ਮੇਰ